ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਆਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਪਰਵੀਨ ਸ਼ਰਮਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਆ ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨਸ ਦੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੋਲਰ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਖੜ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੁੱਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜਿਟ ਕਰ ਸਕਦੇ ਹੋ www.chicagopizzatwist.com। 15% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ ਬਹੁਤ ਬਹੁਤ ਧੰਨਵਾਦ। ਜੇ ਹੋਰ ਵੀ ਕਿਸੇ ਕਾਰੋਬਾਰੀ ਨੇ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਕਾਲ ਕਰ ਸਕਦੇ ਹੋ 4082722500 4087227698। ਸਾਡੇ ਨਾਲ ਜੁੜੇ ਹੋਏ ਨੇ ਜੀ ਪ੍ਰਵੀਨ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਜੀ, ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਪੂਰੀ ਟੀਮ ਜੀ। ਜੀ ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਕਿ ਜਿਹੜੀ ਸਰਕਾਰ ਆ ਭਾਰਤ ਦੀ ਹੁਣ ਹਰ ਇੱਕ ਦੇ ਕੰਪਿਊਟਰ ਤੇ ਨਜ਼ਰ ਰੱਖ ਸਕੇਗੀ। ਦੇਖੋ ਇਹ ਬੜੀ ਅਜੀਬ ਜੀ ਗੱਲ ਹੈ ਕਿ ਸਰਕਾਰ ਨੇ ਤਰਕ ਦਿੱਤਾ ਕਿ ਭਾਈ ਅਸੀਂ ਹੁਣ ਹਰ ਇੱਕ ਦੇ ਕੰਪਿਊਟਰ ਤੇ ਨਜ਼ਰ ਰੱਖ ਸਕਾਂਗੇ, ਔਰ ਇਹਦੇ ਨਾਲ ਸੂਚਨਾ ਟੈਕਨੋਲੋਜੀ ਦਾ ਜਿਹੜਾ ਕਾਨੂੰਨ ਹੈ ਉਹਦੀ ਧਾਰਾ 69 ਹੈ ਤੇ ਇਹ ਕਹਿੰਦੇ ਕਿ ਇਹਦੇ ਤਹਿਤ ਸਾਨੂੰ ਕਿਸੇ ਕੰਪਿਊਟਰ ਸਰੋਤ ਦੇ ਰਾਹੀਂ ਕਿਸੇ ਵੀ ਸੂਚਨਾ ਤੇ ਨਜ਼ਰ ਰੱਖਣ ਜਾਂ ਉਹਨੂੰ ਦੇਖਣ ਦੇ ਲਈ ਨਿਰਦੇਸ਼ ਜਾਰੀ ਕਰ ਦੇਣਾ ਸ਼ਕਤੀਆਂ ਨੇ ਸਾਡੇ ਕੋਲ। ਸ਼ਕਤੀਆਂ ਸਰਕਾਰ ਕੋਲ ਬਹੁਤ ਆ ਗਿਆ ਸੀ, RBI ਕੋਲ, ਸਰਕਾਰ ਕਹਿੰਦੀ ਕਿ ਸਾਡੇ ਕੋਲ ਆਹ ਸ਼ਕਤੀਆਂ, ਅਸੀਂ ਇਹਨਾਂ ਤਰੀਕਿਆਂ ਨਾਲ ਤੁਹਾਡਾ ਜਿਹੜੇ ਤੁਹਾਡੇ ਕੋਲ ਜ਼ਿਆਦਾ ਪੈਸੇ ਉਹ ਲੈ ਲਾਂਗੇ। CBI ਨੂੰ ਜੇ ਡਾਇਰੈਕਟਰ ਨੂੰ ਭੇਜ ਦਿੰਦੇ ਛੁੱਟੀ ਤੇ ਦੋਨਾਂ ਨੂੰ ਇਕੱਠਿਆਂ ਨੂੰ ਕਹਿੰਦੇ ਸਾਡੇ ਕੋਲ ਆਹ ਸ਼ਕਤੀਆਂ, ਸ਼ਕਤੀਆਂ ਮੋਦੀ ਸਾਹਿਬ ਕੋਲ ਬਣੀਆਂ, ਜੇਤਲੀ ਸਾਹਿਬ ਕੋਲ ਬਣੀਆਂ, ਅਮਿਤ ਸ਼ਾਹ ਕੋਲ ਬਣੀਆਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਇਹ ਹੈ ਕਿ ਇੱਕ ਸਰਕਾਰ ਦਾ ਤਰਕ ਹੈ ਕਿ ਅਸੀਂ ਨਜ਼ਰ ਰੱਖ ਲਾਂਗੇ, ਸਾਡੇ ਕੋਲ 69 ਦੇ ਤਹਿਤ ਇਹ ਜਿਹੜੀਆਂ ਸ਼ਕਤੀਆਂ ਸਾਡੇ ਕੋਲ ਕੇਂਦਰ ਸਰਕਾਰ ਕੋਲੇ, ਹੁਣ ਕਿਸੇ ਵੀ ਕੰਪਿਊਟਰ ਦੇ ਵਿੱਚ ਜਿਹੜਾ ਸਿਸਟਮ ਦੇ ਵਿੱਚ ਡੇਟਾ ਪਿਆ ਉਹਦੀ ਨਿਗਰਾਨੀ ਤੇ ਉਹਨੂੰ ਦੇਖਣ ਦੇ ਲਈ 10 ਕੇਂਦਰੀ ਏਜੰਸੀਆਂ ਨੂੰ ਅਧਿਕਾਰ ਦਿੱਤੇ ਆ ਕੇਂਦਰ ਸਰਕਾਰ ਨੇ। ਵਿਰੋਧੀ ਧਿਰਾਂ ਕਹਿੰਦੀਆਂ ਕਿ ਸਰਕਾਰ ਕਰਦੀ ਹੈ ਜੀ ਸਥਿਤੀ ਤੇ ਇਹਨਾਂ ਤਾਕਤਾਂ ਦੀ ਅਣਅਧਿਕਾਰਤ ਵਰਤੋਂ ਰੋਕਣ ਦੇ ਇਰਾਦੇ ਦੇ ਨਾਲ ਇਹ ਕਦਮ ਉਠਾਇਆ ਗਿਆ। ਕਿਹੜੀਆਂ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਰੱਖ ਸਕਦੀਆਂ ਨੇ? ਖੁਫੀਆ ਬਿਊਰੋ, ਨਾਰਕੋਟਿਕਸ ਕੰਟਰੋਲ ਬਿਊਰੋ, ਐਨਫੋਰਸਮੈਂਟ ਡਾਇਰੈਕਟੋਰੇਟ, ਸੈਂਟਰਲ ਬੋਰਡ ਆਫ ਡਾਇਰੈਕਟਰ ਡਾਇਰੈਕਟ ਟੈਕਸਿਸ, ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਰਿਸਰਚ ਐਂਡ ਅਨਾਲਿਸਿਸ ਵਿੰਗ, ਡਾਇਰੈਕਟਰ ਆਫ ਸਿਗਨਲ ਇੰਟੈਲੀਜੈਂਸ, ਖਾਸ ਕਰਕੇ ਜੰਮੂ ਕਸ਼ਮੀਰ, ਉੱਤਰ ਪੂਰਬ ਅਸਮ ਜਿਹੜਾ ਸਰਗਰਮਾ, ਉੱਤਰ ਪੂਰਬ ਪੰਜਾਬ ਦੇ ਵਿੱਚ ਬਹੁਤ ਨਜ਼ਰ ਰੱਖਦੇ ਆ, ਦਿੱਲੀ ਪੁਲਿਸ ਕਮਿਸ਼ਨਰ, ਇਹ ਸ਼ਾਮਿਲ ਹੈ ਜਿਹੜੇ ਕਿ ਕਿਸੇ ਵੀ ਕੰਪਿਊਟਰ ਦੇ ਵਿੱਚੋਂ ਇਹ ਆਪਾਂ ਕਹਿ ਸਕਦੇ ਹਾਂ ਕਿ ਸੂਚਨਾ ਦੇਖ ਸਕਦੇ ਆ, ਡਾਟਾ ਦੇਖ ਸਕਦੇ ਆ। ਵਿਰੋਧੀ ਧਿਰਾਂ ਕਹਿੰਦੀਆਂ ਕਿ ਇਹ ਜਿਹੜੇ ਸਾਡੇ ਮੌਲਿਕ ਅਧਿਕਾਰ ਹੁੰਦੇ ਆ ਨਾ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ, ਕਿਸੇ ਵਿਅਕਤੀ, ਆਪਾਂ ਸਾਰੇ ਜਾਣਦੇ ਕਿ ਹਰੇਕ ਬੰਦੇ ਦੀ ਆਪਣੀ ਇੱਕ ਪ੍ਰਾਈਵੇਸੀ, ਆਪਣੀ ਇੱਕ ਨੈਤਿਕਤਾ ਹੈ, ਤੇ ਉਹਦੇ ਤੇ ਹਮਲਾ ਵਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਵਾਕਈ ਸਾਡੇ ਜਿਹੜੇ ਸਰਕਾਰ ਦੇ ਹੁਕਮਾਂ ਗੈਰ ਸੰਵਿਧਾਨਿਕ ਹੈ, ਇਹ ਮੌਲਿਕ ਅਧਿਕਾਰਾਂ ਤੇ ਇਹਨਾਂ ਨੂੰ ਹਮਲਾ ਕਿਹਾ ਜਾ ਸਕਦਾ। ਔਰ ਪਾਠਕਾਂ ਨੇ ਤਾਂ ਹੋਕਾ ਵੀ ਦਿੱਤਾ ਇਕੱਠੇ ਹੋ ਕੇ, ਉਹ ਕਹਿੰਦੇ ਕਿ ਆਪਸੀ ਬਾਹਰ ਨਿਜਤਾ ਵਰਮਾਰ, ਮਤਲਬ ਪਹਿਲਾਂ ਤਾਂ ਕਹਿੰਦੇ ਸੀ ਨਾ ਆਪਸੀ ਬਾਹਰ ਮੋਦੀ ਸਰਕਾਰ, ਇਹ ਐਸੀ ਨਾਰਾ ਇਹ ਚੱਲੇਗਾ ਕਿ ਆਪਸੀ ਬਾਹਰ ਨਿਜਤਾ ਪਰਿਵਾਰ। ਸੋ ਇਹ ਸਰਕਾਰ ਨੂੰ ਜਿਹੜਾ ਇਹਨੂੰ ਜਾਂ ਤਾਂ ਸਰਕਾਰ ਇਹਦੇ ਬਾਰੇ ਜਿਹੜੇ ਸ਼ੰਕੇ ਖਾਚੇ ਖੜੇ ਹੋ ਰਹੇ ਆ ਉਹਨੂੰ ਹੋਰ ਡਿਟੇਲ ਦੇ ਵਿੱਚ ਦੱਸੀ। ਧਾਰਾ 69 ਹੈ, ਧਾਰਾ 69 ਦੇ ਵਿੱਚ ਹੋਰ ਮਤਾਂ ਵੀ ਤਾਂ ਹੋਣਗੀਆਂ, ਇਹਦੇ ਵਿੱਚ ਕੋਈ ਦੋਰਾ ਨਹੀਂ ਕਿ ਉਹਦੇ ਵਿੱਚ ਇਕੱਲਾ ਹੀ ਹੋਊਗਾ ਕਿ ਭਾਈ ਸਰਕਾਰ ਜਾਵੇ ਕਿਸੇ ਦੇ ਕੰਪਿਊਟਰ ਤੇ ਨਜ਼ਰ ਰੱਖੇ। ਹੁਣ ਜ਼ਰੂਰੀ ਤਾਂ ਨਹੀਂ ਹਰੇਕ ਬੰਦਾ ਦੇਸ਼ ਨਾਲ ਜਿਹੜਾ ਇਹ ਕੰਮ ਕਾਰ ਕਰਦਾ ਜਾਂ ਉਹ ਇੰਟਰਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਹੈ, ਤੇ ਲੋਕਾਂ ਦੇ ਇੱਥੇ ਆਪਦੇ ਮਸਲੇ ਹੈ, ਹਰੇਕ ਬੰਦੇ ਦੀ ਆਪਦੀ ਇੱਕ ਨਿੱਜਤਾ, ਆਪਦੀ ਇੱਕ ਪ੍ਰਾਈਵੇਸੀ ਹੈ। ਸੋ ਸਰਕਾਰਾਂ ਜੇਕਰ ਇਸ ਵਿੱਚ ਇਹ ਤੱਕ ਦਿੰਦੀਆਂ ਕਿ ਅਸੀਂ ਦੇਸ਼ ਨੂੰ ਮੇਨਟੇਨ ਰੱਖਣਾ, ਔਰ ਜੇਕਰ ਮੁਲਕ ਨੂੰ ਮੇਨਟੇਨ ਰੱਖਣ ਦੇ ਲਈ ਤੁਸੀਂ ਇੱਕ ਬੰਦੇ ਦੇ ਕੰਪਿਊਟਰ ਤੱਕ ਜਾ ਸਕਦੇ ਹੋ, ਤਾਂ ਮੇਰਾ ਖਿਆਲ ਹੈ ਕਿ ਏਡੋ ਘਟੀਆ ਡਿਜੀਟਲਪਣ ਤੁਹਾਡੇ ਸਿਸਟਮ ਦਾ ਹੋ ਨਹੀਂ ਸਕਦਾ। ਤੁਹਾਨੂੰ ਮੈਂ ਮਿਸਾਲ ਦੇਣੀ ਚਾਹੁੰਦਾ ਵਾਂ, ਪੱਛਮੀ ਦੇਸ਼ਾਂ ਦੇ ਜਿਹੜੇ ਨਾਗਰਿਕ ਆ ਉਹ ਜਾਂਦੇ ਆ ISI ਦੇ ਜੰਗਲ ਦੇ ਵਿੱਚ, ਕਈ ਵਾਰੀ ਫਸ ਜਾਂਦੇ ਆ ਜਾਂ ਉਹਨੂੰ ਸਪੋਰਟ ਕਰਦੇ ਆ ਮਿਡਲ ਈਸਟ ਦੇ ਵਿੱਚ ਜਾ ਕੇ, ਪਰ ਸਰਕਾਰਾਂ ਉੱਥੇ ਤਾਂ ਨਹੀਂ ਕਰਦੀਆਂ। ਸਰਕਾਰਾਂ ਈਮੇਲ ਜਾਂ ਕੋਈ ਹੋਰ ਜਦੋਂ ਕੋਈ ਟਵੀਟ ਕਰਦਾ ਜਾਂ ਸੋਸ਼ਲ ਮੀਡੀਆ ਤੇ ਨਿਗਰਾਨੀ ਕਰਕੇ ਉਹਨੂੰ ਮੋਨੀਟਰ ਤਾਂ ਜ਼ਰੂਰ ਕਰਦੀਆਂ ਨੇ, ਬਹੁਤੇ ਲੋਕ ਏਅਰਪੋਰਟ ਤੋਂ ਗ੍ਰਿਫਤਾਰ ਵੀ ਹੋਏ ਆ, ਅਰੈਸਟ ਵੀ ਹੋਏ ਆ,
ਸੀਕ੍ਰੇਟ ਏਜੰਸੀਆਂ ਕਰ ਲੈਂਦੀਆਂ ਨੇ, ਸੁਰੱਖਿਆ ਏਜੰਸੀਆਂ ਕਰ ਲੈਂਦੀਆਂ ਨੇ, ਪਰ ਇੱਦਾਂ ਕਿਸੇ ਦੇ ਕੰਪਿਊਟਰ ਤੱਕ ਪਰਸਨਲ ਅਪਰੋਚ ਨਹੀਂ ਸਰਕਾਰ ਕਰਦੀ, ਕਿਤੇ ਵੀ ਨਹੀਂ ਕਰਦੀ ਜੀ। ਮੇਰਾ ਮੈਨੂੰ ਲੱਗਦਾ ਵਰਲਡ ਦੇ ਕਿਸੇ ਹਿੱਸੇ ਦੇ ਵਿੱਚ ਇਹੋ ਜਿਹੀ ਮਦਦ ਹੋਊਗੀ। ਸੋ ਮੋਦੀ ਸਰਕਾਰ ਨੂੰ ਇਹ ਚਾਹੀਦਾ ਕਿ ਇਸ ਸੰਬੰਧੀ ਜਿਹੜੇ ਸ਼ੰਕੇ ਖਰਚੇ ਖੜੇ ਹੋ ਰਹੇ ਉਹਨਾਂ ਨੂੰ ਦੂਰ ਕੀਤਾ ਜਾਵੇ, ਔਰ ਆਹ ਜਿਹੜਾ ਸ਼ਕਤੀਆਂ ਦਾ ਪ੍ਰਗਟਾਵਾ ਇਹ ਕਰਦੇ ਹਨ, ਸ਼ਕਤੀਆਂ ਥੋੜੀਆਂ ਜਿਹੀਆਂ ਵਾਸਤੇ ਕਰ ਲੈਣ, ਲੋਕਾਂ ਦੇ ਕੰਮ ਕਾਰ ਬਹੁਤ ਪਏ ਹੈ, ਉਹ ਵੀ ਕਰ ਦੇਣ। ਜੇ ਹੋ ਸਕੇ ਤਾਂ 15-15 ਲੱਖ ਰੁਪਇਆ ਇਹਨਾਂ ਨੂੰ ਰਹਿੰਦਾ ਉਹ ਪਵਾ ਦੇਣ, ਚਲੋ ਲੋਕ ਘੱਟੋ ਘੱਟ ਇਹਨਾਂ ਚੀਜ਼ਾਂ ਨੂੰ ਭੁੱਲ ਕੇ ਆਪਦਾ ਜਿਹੜਾ ਮਹਿੰਗਾਈ ਦੇ ਦੌਰ ਦੇ ਵਿੱਚ 4 ਦਿਨ ਤੱਕ ਸੁਖਾਲੇ ਕੱਢ ਲੈਣ ਜੀ। ਬਿਲਕੁਲ ਜੀ, ਪਤਾ ਤਾਂ ਉਦੋਂ ਲੱਗੂ ਜਦੋਂ ਲੋਕਾਂ ਨੇ ਇਹਨਾਂ ਸ਼ਕਤੀਆਂ ਦੀ ਵਰਤੋਂ ਕਰਨੀ। ਅੱਗੇ ਚੱਲਦੇ ਹਾਂ ਜੀ ਆਪਾਂ। ਸ਼ਹਿਰਾਬੂਦੀਨ ਨੂੰ ਫਰਜ਼ੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ ਤੇ ਉਹ 22 ਮੁਲਜ਼ਮ ਸੀਗੇ, ਉਹਨਾਂ ਨੂੰ ਹੁਣ ਰਿਹਾ। ਦੇਖੋ ਇਹਦੇ ਵਿੱਚ ਦੋ ਰਾਏ, ਕੋਈ ਦੋ ਰਾਏ ਨੀ ਸੀ। ਜਿਹੜਾ ਕਾਨੂੰਨ ਆ ਜੀ ਉਹਨੇ ਆਪਣੇ ਮੁਤਾਬਕ ਕੰਮ, ਉਹਨੇ ਸਬੂਤਾਂ ਦੇ ਆਧਾਰ ਤੇ ਅਦਾਲਤ ਨੇ ਚੱਲਣਾ, ਉਹ ਗੱਲ ਵੱਖਰੀ ਹੈ ਕਿ ਇੰਡੀਅਨ ਜੁਡੀਸ਼ਰੀ ਸਿਸਟਮ ਤੇ ਸਾਨੂੰ, ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ ਕਿ ਇੰਡੀਅਨ ਜੁਡੀਸ਼ਰੀ ਸਿਸਟਮ ਆ ਜਿਹੜਾ ਇਹਦੇ ਤੇ ਸਮੇਂ ਸਮੇਂ ਤੇ ਲੋਕਾਂ ਨੇ ਲਿਗੇਸ਼ਨ ਲੱਗਦੇ ਰਹੇ ਹੈ, ਸਮੇਂ ਸਮੇਂ ਤੇ ਲੋਕ ਇਹ ਗੱਲ ਦਾ ਇਸ਼ਾਰਾ ਕਰਦੇ ਰਹੇ ਕਿ ਇਹ ਚੀਜ਼, ਇਹ ਜਿਹੜੀ ਜੁਡੀਸ਼ਰੀ ਹੈ ਇਹ ਆਜ਼ਾਦ ਨਹੀਂ ਹੈ। ਅਮਿਤ ਸ਼ਾਹ ਦੇ ਮਸਲੇ ਦੇ ਵਿੱਚ ਆਪਾਂ ਇਹੀ ਗੱਲ ਕੀਤੀ ਸੀ ਨਾ ਕਿ ਅਮਿਤ ਸ਼ਾਹ ਕਹਿੰਦਾ ਕਿ ਕਾਂਗਰਸ ਨੇ ਨਿਆਇਕ ਵਿਵਸਥਾ ਨੂੰ ਪ੍ਰਭਾਵਿਤ ਕੀਤਾ, ਤੇ ਜੇਕਰ ਤੁਸੀਂ ਪ੍ਰਭਾਵਿਤ ਨਹੀਂ ਕੀਤਾ ਤੇ ਫਿਰ ਖੋਲੋ ਜੱਜ ਲੋਇਆ ਦੀ ਕੇਸ ਦੀ ਕਤਲ ਦੀ ਕੇਸ ਦੀ ਫਾਇਲ, ਖੋਲੋ ਸ਼ਰਾਬੂਦੀਨ ਦੇ ਕਤਲ ਦੀ ਕੇਸ ਦੀ ਫਾਇਲ ਤੇ ਕਰਾਓ ਕਿਸੇ ਸੁਪਰੀਮ ਕੋਰਟ ਦੇ ਜਿਹੜੇ ਸਾਬਕਾ ਜਸਟਿਸ ਚੀਫ ਜਸਟਿਸ ਰਹਿ ਚੁੱਕਿਆ ਹੋਵੇ ਦੀ ਨਿਗਰਾਨੀ ਦੇ ਵਿੱਚ ਕਰਾਓ ਵੀ ਜਾਂਚ। ਸੋ ਇਹ ਗੱਲਾਂ ਬਿਆਨਬਾਜ਼ੀ ਜਿਹੜੀਆਂ ਸੋਚੀਆਂ ਨੇ। ਮਸਲਾ ਇਹ ਹੈ ਕਿ ਹੁਣ ਜਿਹੜੀ ਅਦਾਲਤ ਦੇ ਵਿੱਚ ਵਿਧਾ ਹੋਈ ਹੈ ਉਹਦੇ ਵਿੱਚ ਇਹ ਗੱਲ ਆ ਸਾਹਮਣੇ ਆਈ ਹੈ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਤੇ ਅਦਾਲਤ ਨੇ ਜਦੋਂ ਬਰੀ ਕੀਤਾ ਨਾ ਉਹ ਕਹਿੰਦੇ ਕਿ ਸਬੂਤਾਂ ਦੀ ਘਾਟ ਹੈ, ਇਸ ਕਰਕੇ ਇਹਨਾਂ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਬਰੀ ਕਰਨਾ ਪੈ ਰਿਹਾ ਸਾਨੂੰ, ਤੇ ਨਾਲ ਹੀ ਕਿਵੇਂ ਜਾਣਾ ਚਲੇ ਜਾਣ ਦਾ ਦੁੱਖ ਦਾ ਪ੍ਰਗਟਾਵਾ ਕੀਤਾ। ਤੇ ਹੁਣ ਉਹਦਾ ਜਿਹੜਾ ਭਰਾ ਹੈ ਰਵਾਬੂਦੀਨ ਉਹ ਕਹਿੰਦਾ ਕਿ ਹੁਣ ਅਸੀਂ ਉੱਪਰਲੀ ਅਦਾਲਤ ਦੇ ਵਿੱਚ ਜਾਵਾਂਗੇ, ਹੋ ਸਕਦਾ ਸਾਨੂੰ ਉੱਥੋਂ ਇਨਸਾਫ਼ ਮਿਲ ਜਾਵੇ, ਜਿਹੜਾ ਦੁਖੀ ਅਪੀਲ ਪਟੰਦਾ ਉਹਨੇ ਤਾਂ ਦਰ ਦਰ ਤੇ ਠੁੱਕਰਾਂ ਖਾਣੀਆਂ ਪੈਣੀਆਂ। ਤੇ ਇਹ ਜਿਹੜਾ ਸੀਬੀਆਈ ਦਾ ਜੱਜ ਆ ਉਹਨੇ ਗੱਲ ਕਹੀ ਕਿ ਕਾਨੂੰਨੀ ਢਾਂਚਾ ਜਿਹੜਾ ਉਹ ਬੇਸ਼ੱਕ ਸਿਰਫ ਸਬੂਤਾਂ ਦੇ ਆਧਾਰ ਤੇ ਕੰਮ ਕਰਦਾ ਹੈ ਤੇ ਇਸ ਦਾ ਪੱਖ ਆ ਜਿਹੜਾ ਕੋਈ ਸਬੂਤ ਪੇਸ਼ ਕਰਨ ਦੇ ਵਿੱਚ ਨਾਕਾਮ ਹੋ ਗਿਆ। ਇਸੇ ਕਰਕੇ ਕਹਿੰਦੇ ਕਿ ਇਹ ਸਾਬਿਤ ਨਹੀਂ ਹੁੰਦਾ ਕਿ ਇਹਨਾਂ ਤਿੰਨਾਂ ਨੂੰ ਪੱਧਰ ਕਰਨ ਵਿੱਚ ਕੋਈ ਸਾਜਿਸ਼ ਰਚੀ ਗਈ ਸੀ ਜਾਂ ਮੁਲਜ਼ਮਾਂ ਦੀ ਇਹਦੇ ਵਿੱਚ ਕੋਈ ਭੂਮਿਕਾ ਸੀਗੀ, ਇਹ ਗੱਲ ਸਾਬਿਤ ਹੀ ਨਹੀਂ। ਤੇ ਇਹਦੀ ਜਿਹੜੀ ਸਾਜਿਸ਼ ਕਰਨ ਦਾ ਕੇਸ ਤਾਂ ਬਣਦਾ ਹੀ ਨਹੀਂ ਕਿ ਮੁਲਜ਼ਮਾਂ ਦੇ ਵਿੱਚ ਜ਼ਿਆਦਾਤਰ ਬੰਦੇ ਕੌਣ ਸੀਗੇ, ਗੁਜਰਾਤ ਤੇ ਰਾਜਸਥਾਨ ਪੁਲਿਸ ਦੇ ਅਧਿਕਾਰੀ, ਤੇ ਇਹ ਸਾਰੇ ਜੁਰਮਾਨੇ ਤੇ ਚੱਲ ਰਹੇ ਆ। 13 ਸਾਲ ਇਹ ਕੇਸ ਚੱਲਿਆ, ਬਹੁਤ ਅਹਿਮ ਮੋੜ ਆਏ ਇਸ ਕੇਸ ਦੇ ਵਿੱਚ। ਸੁਣਵਾਈ ਦੌਰਾਨ ਇਸ ਤਰ੍ਹਾਂ ਦਾ ਪੱਖ ਨੇ 92 ਗਵਾਹ ਪੇਸ਼ ਕੀਤੇ ਸੀਗੇ, ਇਸ ਟਾਈਮ 92 ਗਵਾਹ ਮੁੱਕਰੇ। ਤੇ 2010 ਦੇ ਵਿੱਚ ਇੱਕ ਟਾਈਮ ਇਹ ਆਇਆ ਸੀ ਜਦੋਂ ਅਮਿਤ ਸ਼ਾਹ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਸੀਗਾ, ਤੇ ਪਰ 2014 ਦੇ ਵਿੱਚ ਉਹਨੂੰ ਬਰੀ ਕਰਤਾ। ਸਰਕਾਰ ਕਹਿੰਦੀ ਕਿ ਇਹ ਜਿਹੜੀ ਸਿੱਧੇ ਜੱਜ ਆ ਉਹ ਕਹਿੰਦੀ ਕਿ ਜੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਵਿਸ਼ੇਸ਼ ਤੇ ਜਾਂ ਹੋਰ ਕੌਸਰ ਵੀ ਆ ਜਾਂ ਪਰਜਾਪਤੀ ਆ, ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ 22-23 ਨਵੰਬਰ 2005 ਦੀ ਦਰਮਿਆਨੀ ਰਾਤ ਨੂੰ। ਹੈਦਰਾਬਾਦ ਤੋਂ ਆ ਰਹੇ ਸੀਗੇ ਮਹਾਰਾਸ਼ਟਰ ਦੇ ਸਾਂਗਲੀ, ਉਹਨੇ ਪੁਲਿਸ ਟੀਮ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਸ਼ੇਖ ਤੇ ਕੌਸਰ ਨੂੰ ਇੱਕ ਵਹੀਕਲ ਦੇ ਵਿੱਚ ਰਹਿ ਗਏ ਸੀ ਤੇ ਪਰਜਾਪਤੀ ਨੂੰ ਇੱਕ ਹੋਰ ਅੱਡ ਲਿਜਾਇਆ ਗਿਆ ਕਿਸੇ ਵਹੀਕਲ ਦੇ ਵਿੱਚ। 26 ਨਵੰਬਰ 2005 ਦੀ ਗੱਲ ਹੈ ਜਦੋਂ ਇਹ ਗੁਜਰਾਤ ਤੇ ਰਾਜਸਥਾਨ ਦੀ ਪੁਲਿਸ ਦੀ ਟੀਮ ਨੇ ਇਹਨਾਂ ਦਾ ਕਤਲ ਕਰ ਦਿੱਤਾ ਸੀਗਾ। ਫਿਰ ਕੌਸਰ ਬਿਜਲੀ ਦਾ ਕਤਲ ਹੁੰਦਾ, ਫਿਰ ਕੇਂਦਰੀ ਜੇਲ੍ਹ ਉਦੈਪੁਰ ਦੇ ਵਿੱਚ ਬੰਦ ਸੀਗਾ ਪਰਜਾਪਤੀ, ਉਹਨੂੰ ਵੀ ਗੁਜਰਾਤ ਰਾਜਸਥਾਨ ਸਰਹੱਦ ਤੇ ਇੱਕ ਮੁਕਾਬਲੇ ਦੇ ਵਿੱਚ ਮਾਰਤਾ ਸੀਗਾ 27 ਦਸੰਬਰ 2006 ਦੀ ਗੱਲ ਹੈ। 22 ਮੁਲਜ਼ਮਾਂ ਦੇ ਵਿੱਚੋਂ 21 ਗੁਜਰਾਤ ਤੇ ਰਾਜਸਥਾਨ ਦੇ ਜੂਨੀਅਰ ਪੁਲਿਸ ਅਫਸਰ ਸੀਗੇ, ਜਦਕਿ ਇੱਕ ਮੁਲਜ਼ਮ ਗੁਜਰਾਤ ਦੇ ਫਾਰਮ ਹਾਊਸ ਦਾ ਮਾਲਕ ਸੀ, ਜਿੱਥੇ ਸਿੱਧੇ ਤੌਰ ਤੇ ਇਹਨਾਂ ਦਾ ਕਤਲ ਕਰਨ ਤੋਂ ਪਹਿਲਾਂ ਸ਼ੇਖ ਨੂੰ ਤੇ ਕੌਸਰ ਬੀ ਨੂੰ ਰੱਖਿਆ ਗਿਆ ਸੀਗਾ। ਸ਼ਰਾਬੂਦੀਨ ਬਾਰੇ ਕਹਿੰਦੇ ਕਿ ਲਸ਼ਕਰ ਏ ਤੋਇਬਾ ਦੇ ਨਾਲ ਉਹਨੂੰ ਸੰਬੰਧ ਸੀਗਾ, ਨਰਿੰਦਰ ਮੋਦੀ ਦੀ ਉਹ ਕਤਲ ਦਾ ਸਾਜਿਸ਼ ਘੜਦਾ ਸੀਗਾ ਜਾਂ ਜੋ ਵੀ ਸੀਗਾ, ਪਰ 36 ਜਾਣੇ ਨਾਮਜ਼ਦ ਕੀਤੇ ਸੀਗੇ ਜਦੋਂ ਇਹ ਕੇਸ ਚੱਲਿਆ ਸੀਗਾ। ਤੇ ਅਮਿਤ ਸ਼ਾਹ ਵੀ ਨਾਮਜ਼ਦ ਸੀਗਾ ਤੇ ਰਾਜਸਥਾਨ ਦਾ ਗ੍ਰਹਿ ਮੰਤਰੀ ਸੀਗਾ ਉਸ ਵੇਲੇ ਗੁਲਾਬ ਸਿੰਘ ਕਟਾਰੀਆ, ਇਹ ਵੀ ਸੀਗਾ ਸੀਨੀਅਰ ਆਈਪੀਐਸ ਸੀਗਾ ਡੀਜੀ ਬੰਜਾਰਾ, ਉਹ ਵੀ ਤੇ ਪੀਸੀ ਪਾਂਡੇ ਨੂੰ ਸੀਬੀਆਈ ਅਦਾਲਤ ਚ ਪਹਿਲੇ ਸਬੂਤਾਂ ਦੀ ਘਾਟ ਵਾਸਤੇ ਬਰੀ ਕਰ ਦਿੱਤੀ। ਮੈਂ ਇਹ ਗੱਲ ਮੰਨਦਾ ਕਿ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰਦਾ ਜਾਂ ਜ਼ੀਰਾ ਜਦੋਂ ਹੁੰਦੀ ਹੈ ਤਾਂ ਉਦੋਂ ਵੱਖ ਵੱਖ ਮੱਦਾਂ ਨੂੰ ਵਿਚਾਰਨਾ ਪੈਂਦਾ, ਪਰ ਕੀ ਇਹ ਨਹੀਂ ਸੀ ਹੋ ਸਕਦਾ ਕਿ ਇਹ ਜਦੋਂ ਮਾਮਲਾ ਵਾਪਰਿਆ ਸੀ, ਜਦੋਂ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਸੀਗਾ ਤਾਂ ਜਦੋਂ ਬਰੀ ਹੋਏ ਹੈ ਬੰਦੇ ਤੇ ਉਦੋਂ ਹੀ ਇਸ ਚੀਜ਼ ਨੂੰ ਚੁਣੌਤੀ ਦਿੱਤੀ ਜਾਂਦੀ ਜਾਂ ਫਿਰ ਸਬੂਤ ਲੈ ਕੇ ਜਿਹੜਾ ਸਾਰੇ ਜਿੰਨੇ ਵੀ ਸਬੂਤ ਹੈ 92 ਗਵਾਹ ਤਾਂ ਮੁੱਕਰੀ ਗਏ, ਉਹਨਾਂ ਤੇ ਵੀ ਜਿਹੜਾ ਆਪਾਂ ਕਹਿੰਦੇ ਕਿ ਇੱਕ ਤਰ੍ਹਾਂ ਦੇ ਨਾਲ ਸਵਾਲ ਖੜਾ ਹੁੰਦਾ ਕਿ 10-15-20 ਬੰਦੇ ਮੁੱਕਰ ਗਏ ਤਾਂ ਉਹ ਗੱਲ ਵੱਖਰੀ ਹੈ, 92 ਬੰਦੇ ਮੁੱਕਰੇ ਤਾਂ ਇਹ ਇਸ਼ਾਰਾ ਕਰਦਾ ਵਾ ਕਿ ਕਿਤੇ ਨਾ ਕਿਤੇ ਇਸ ਕੇਸ ਨੂੰ ਪ੍ਰਭਾਵਿਤ ਕੀਤਾ ਗਿਆ। ਬੀਜੇਪੀ ਦਾ ਅਮਿਤ ਸ਼ਾਹ ਔਰ ਹੋਰ ਗੁਲਾਬ ਚੰਦ ਕਟਾਰੀਆ ਵਰਗੇ ਡੀਪੀ ਬੰਜਾਰਾ ਵਰਗੇ ਜਦੋਂ ਤੋਂ ਸਾਬੂਦੀਨ ਕੇਸ ਦਾ ਮਸਲਾ ਹੋਇਆ ਚੱਲਿਆ ਇੱਕ ਐਪੀਸੋਡ 2005 ਤੋਂ ਬਾਅਦ,
ਉਦੋਂ ਬਾਅਦ ਅੱਜ 2018 ਆ ਗਿਆ ਇਹ ਬੰਦੇ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਪਰ ਬਾਵਜੂਦ ਇਸਦੇ ਕੋਈ ਜਾਂਚ ਏਜੰਸੀ ਜਾਂ ਕੋਈ ਮੀਡੀਆ ਅਦਾਰਾ ਇਹਨਾਂ ਸਵਾਲਾਂ ਦੇ ਜਵਾਬ ਹਾਲੇ ਤੱਕ ਲੱਭ ਨਹੀਂ ਸਕਿਆ ਜੀ ਤੇ ਅੱਗੇ ਭਾਰਤ ਦੀ ਗੱਲ ਕਰਦੇ ਹਾਂ ਕਿ ਜਦੋਂ ਵੀ ਵੋਟਾਂ ਪੈਂਦੀਆਂ ਆ ਜਾਤ ਪਾਤ ਦਾ ਮਸਲਾ ਵਿੱਚ ਆ ਜਾਂਦਾ ਕਮਿਊਨਿਟੀਆਂ ਨੂੰ ਲੜਾ ਲੜਾ ਕੇ ਵੋਟਾਂ ਲਈਆਂ ਜਾਂਦੀਆਂ ਤਾਂ ਪਰ ਹੁਣ ਇੱਕ ਨਵਾਂ ਹੀ ਮਸਲਾ ਲੈ ਆਉਂਦਾ ਕਿ ਹਨੂੰਮਾਨ ਨੂੰ ਕੋਈ ਜਾਟ ਕਹਿੰਦਾ ਕੋਈ ਮਾਨ ਕਹਿੰਦਾ ਇੱਕ ਹੋਰ ਹੀ ਵਿਵਾਦ ਚੱਲ ਗਿਆ ਦੇਖੋ ਇਹ ਜੇ ਮੇਰਾ ਖਿਆਲ ਹੈ ਕਿ ਪਹਿਲੀ ਗੱਲ ਤਾਂ ਚਲੋ ਇਹ ਚੀਜ਼ਾਂ ਦੇ ਵਿੱਚ ਆਪਾਂ ਵਿਸ਼ਵਾਸ ਨਹੀਂ ਰੱਖਦੇ ਲੋਕ ਇਹਨੂੰ ਮਿਥਿਹਾਸ ਦੱਸਦੇ ਖੈਰ ਹਰੇਕ ਦੀ ਕਾਗਜ਼ ਜੁੜੀ ਹੈ ਆਪਾਂ ਕਿਸੇ ਦੇ ਭਰਾਵ ਧਾਰਮਿਕ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਾਉਂਦੇ ਪਰ ਮਸਲਾ ਇਹ ਹੈ ਕਿ ਇਸ ਵੇਲੇ ਨਾ ਤਾਂ ਇਹ ਲੋੜ ਹੈ ਕਿ ਹਨੂੰਮਾਨ ਕੌਣ ਸੀ ਜਾਂ ਕਿਵੇਂ ਸੀਗਾ ਜਾਂ ਭਗਵਾਨ ਰਾਮ ਸੀ ਜਾਂ ਉਹਦਾ ਮੰਦਰ ਬਣਨਾ ਚਾਹੀਦਾ ਇਹ ਸਾਰੇ ਜਿਹੜੇ ਚੀਜ਼ਾਂ ਨੇ ਇਹ ਸਾਡੇ ਜਿਹੜੇ ਮੰਦ ਬੁੱਧੀ ਸਿਆਸਤਦਾਨ ਨੇ ਜਿਹਨਾਂ ਨੂੰ ਥੋੜੀ ਅਕਲ ਹੈ ਜਿਹੜੇ ਮੈਂ ਕਹੂੰਗਾ ਕਿ ਇਸ ਤਰੀਕੇ ਨਾਲ ਸਾਡੇ ਜਿਹੜੇ ਭੋਲੀ ਭਾਲੀ ਜਨਤਾ ਨੂੰ ਲੁੱਟ ਕੇ ਠੱਗ ਕੇ ਉਹਨਾਂ ਨੂੰ ਧੋਖੇ ਦੇ ਵਿੱਚ ਲੈ ਕੇ ਕੁਰਸੀਆਂ ਤੇ ਬਾਜਮਾਨ ਹੋ ਗਏ ਉਹਨਾਂ ਦੀ ਇਹ ਬੁੱਧੀ ਦੇ ਜਿਹੜੀ ਆਪਾਂ ਕਹਿੰਦੇ ਪੁੱਠੇ ਪਾਸੇ ਨੂੰ ਚੱਲਦੀ ਹੈ ਨਾ ਉਹਦੇ ਵਿੱਚ ਨਿਕਲੀਆਂ ਚੀਜ਼ ਹੈ ਮੇਰਾ ਖਿਆਲ ਹੈ ਕਿ ਜੇਕਰ ਇਸ ਦੁਨੀਆਂ ਦੇ ਵਿੱਚ ਹੁੰਦੇ ਤਾਂ ਉਹਨਾਂ ਨੇ ਕਹਿ ਦੇਣਾ ਸੀਗਾ ਕਿ ਯਾਰ ਮੇਰੀ ਜਾਤ ਪਾਤ ਛੱਡ ਦਿਓ ਮੈਂ ਇੱਥੇ ਚਲਾ ਜਾਂਦਾ ਯਾਰ ਇੰਨਾ ਦੁਖੀ ਪਰਮਾਤਮਾ ਨੂੰ ਇਹਨਾਂ ਨੇ ਕਰ ਦੇਣਾ ਸੀ ਇਹਨਾਂ ਲੋਕਾਂ ਨੇ ਅਸਲ ਦੇ ਵਿੱਚ ਕੀ ਹੈ ਜੀ ਪਹਿਲਾਂ ਤਾਂ ਹਨੂੰਮਾਨ ਨੂੰ ਕਹਿੰਦੇ ਕਿ ਜੀ ਦਲਿਤ ਹੈ ਮੇਰਾ ਖਿਆਲ ਯੋਗੀ ਨੇ ਕਿਹਾ ਸੀਗਾ ਫਿਰ ਉਹਨੂੰ ਕਹਿੰਦੇ ਕਿ ਜੀ ਉਹ ਮੁਸਲਿਮ ਭਾਈਚਾਰੇ ਚੋਂ ਸੰਬੰਧ ਰੱਖਦਾ ਸੀਗਾ ਹੁਣ ਇੱਕ ਉੱਤਰ ਪ੍ਰਦੇਸ਼ ਸਰਕਾਰ ਦੇ ਵਿੱਚ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਹੈ ਲਕਸ਼ਮੀ ਨਾਰਾਇਣ ਚੌਧਰੀ ਇਹ ਕਹਿਣਾ ਕਿ ਜੀ ਭਗਵਾਨ ਹਨੂੰਮਾਨ ਜਾਤ ਹੈ ਤੇ ਇਹ ਨਾਲ ਇਹਦੇ ਇੱਕ ਹੋਰ ਹੈ ਇਹਦਾ ਸਾਥੀ ਹੈ ਯੂਪੀ ਵਿਧਾਨ ਪਰਿਸ਼ਦ ਦਾ ਮੈਂਬਰ ਹੈ ਬੁੱਕਲ ਨਵਾਬ ਤੇ ਉਹਨੇ ਪਿਛਲੇ ਦਿਨ ਕਿਹਾ ਸੀਗਾ ਕਿ ਜੀ ਜਿਹੜਾ ਹਨੂੰਮਾਨ ਹੈ ਉਹ ਮੁਸਲਿਮ ਸੀਗੇ ਤੇ ਦਿੱਤਾ ਨਾ ਆਪਣੇ ਤਾਂ ਤੁਹਾਨੂੰ ਪਤਾ ਹੀ ਹੈ ਗਲਤ ਦੱਸਿਆ ਸੀਗਾ ਉਹਨਾਂ ਨੂੰ ਉਹ ਤਾਂ ਹਰੇਕ ਚੀਜ਼ ਨੂੰ ਆਪਦੇ ਢੰਗ ਨਾਲ ਹੀ ਪੇਸ਼ ਕਰਦੇ ਆ ਸਟਾਰ ਪ੍ਰਚਾਰਕ ਹੈ ਬੀਜੇਪੀ ਦੇ ਤਾਂ ਇਹ ਮੇਰੇ ਖਿਆਲ ਚ ਜਿਹੜੀ ਜ਼ਿਰਾ ਹੈ ਇਹ ਬੰਦ ਹੋਣੀ ਲੋਕਾਂ ਨੂੰ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਹੋਣਾ ਚਾਹੀਦਾ ਮਸਲੇ ਕੀ ਹੈ ਮਸਲਾ ਯੂਪੀ ਦਾ ਹੀ ਮੰਤਰੀ ਹੈ ਨਾ ਯੂਪੀ ਦੇ ਵਿੱਚ ਮਸਲਾ ਬੁਲੰਦ ਸ਼ਹਿਰ ਦਾ ਕਿੰਨੇ ਮਸਲੇ ਹੈ ਯੂਪੀ ਨੂੰ ਲੋਕ ਸੀਰੀਆ ਕਹਿਣ ਲੱਗ ਪਏ ਆ ਯਾਰ ਉੱਥੇ ਸੀਰੀਆ ਨਾ ਬਣ ਜਾਵੇ ਕਿ ਤੇ ਇਹ ਲੋਕ ਹੈ ਕਦੇ ਹਨੂੰਮਾਨ ਦਲਿਤ ਸੀ ਕਦੇ ਹਨੂੰਮਾਨ ਮੁਸਲਿਮ ਸੀ ਛੱਡ ਦੋ ਯਾਰ ਇਹਨੂੰ ਛੱਡ ਦੋ ਇਸ ਚੀਜ਼ ਨੂੰ ਤੁਸੀਂ ਦੱਸੋ ਕਿ ਤੁਸੀਂ ਆ ਕੇ ਹਸਪਤਾਲਾਂ ਦੇ ਵਿੱਚ ਆਕਸੀਜਨ ਪੂਰੀ ਕਰਨ ਲਈ ਕੀ ਕੰਮ ਕੀਤਾ ਤੁਸੀਂ ਦੱਸੋ ਕਿ ਉੱਥੇ ਭੁੱਖਮਰੀ ਦੇ ਜਿਹੜੇ ਅੰਕੜੇ ਸੀ ਉਹਨਾਂ ਨੂੰ ਸੁਧਾਰਨ ਦੇ ਲਈ ਤੁਸੀਂ ਕੀ ਕੀਤਾ ਤੁਸੀਂ ਦੱਸੋ ਕਿ ਉੱਥੇ ਜਿਹੜੀਆਂ ਜਿੱਥੇ ਪਿੰਡਾਂ ਦੇ ਵਿੱਚ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਸੜਕਾਂ ਨਹੀਂ ਜਾਂਦੀਆਂ ਪਾਣੀ ਨਹੀਂ ਜਾਂਦਾ ਬਿਜਲੀ ਨਹੀਂ ਜਾਂਦੀ ਉੱਥੇ ਤੁਹਾਡੇ ਯੋਗੀ ਨੇ ਕੀ ਕੀਤਾ ਇਹ ਸਿਰਫ ਤੁਹਾਡਾ ਜਿਹੜਾ ਧਿਆਨ ਹੈ ਉਹ ਹਨੂੰਮਾਨ ਸੀ ਕਿ ਕਿਸੇ ਤਰੀਕੇ ਨਾਲ ਭਾਵਨਾਵਾਂ ਕੈਸ਼ ਕਰੋ ਤੇ ਵੋਟ ਬੈਂਕ ਦਾ ਜਿਹੜਾ ਉਹਨੂੰ ਮੇਨਟੇਨ ਰੱਖੋ ਜੀ ਜੀ ਬਿਲਕੁਲ ਜਿਹੜਾ ਵੋਟ ਬੈਂਕ ਹੈ ਨਾ ਉਹਨੂੰ ਨਹੀਂ ਜਾਣ ਦਿੰਦੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਰੱਖਣਾ ਪੈ ਜਾਵੇ ਤਾਂ ਇਹ ਕੁਛ ਚੱਲਦਾ ਅੱਗੇ ਚੱਲਦੇ ਹਾਂ ਜੀ ਨੈਸ਼ਨਲ ਹਰਲਡ ਮਾਮਲਾ ਜਿਹੜਾ ਆ ਕੰਪਲੈਕਸ ਖਾਲੀ ਕਰਨ ਦੇ ਸਰਕਾਰੀ ਹੁਕਮਾਂ ਖਿਲਾਫ ਏਜੇਐਲ ਦੀ ਅਪੀਲ ਖਾਰਜ ਦੇਖੋ ਜਿਹੜਾ ਨੈਸ਼ਨਲ ਹਰਲਡ ਅਖਬਾਰ ਦਾ ਜਿਹੜਾ ਪ੍ਰਕਾਸ਼ਕ ਹੈ ਨਾ ਐਸੋਸੀਏਟ ਜਨਰਲ ਲਿਮਟਿਡ ਇਹਨੇ ਸ਼ਹਿਰੀ ਵਿਕਾਸ ਮੰਤਰਾਲੇ ਦੇ 30 ਅਕਤੂਬਰ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਉਹਨਾਂ ਹੁਕਮਾਂ ਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਭਾਈ ਹੁਣ ਇਸ ਰੈਸਟ ਏਰੀਆ ਜਿਹੜਾ ਭਵਨ ਹੈ ਇਹਨੂੰ ਖਾਲੀ ਕਰ ਇਹਨਾਂ ਨੇ ਇਹਨਾਂ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਹਾਈਕੋਰਟ ਦਾ ਰੁੱਖ ਕੀਤਾ ਸੀਗਾ ਤੇ ਹਾਈਕੋਰਟ ਨੇ ਹੁਣ ਏਜੀਐਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਤੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਇਹਨਾਂ ਨੂੰ ਜਿਹੜਾ ਵਾ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਭਵਨ ਆ ਜਾਂ ਜਿਹੜੀ ਇਮਾਰਤ ਆ ਇਹ ਕੰਪਲੈਕਸ ਰਾਜਧਾਨੀ ਦੇ ਵਿੱਚ ਉਹ 2 ਹਫ਼ਤਿਆਂ ਦੇ ਅੰਦਰ ਖਾਲੀ ਕਰਨ ਦਾ ਹੁਕਮ ਦਿੱਤਾ ਤੇ ਕੰਪਲੈਕਸ ਖਾਲੀ ਕਰਨ ਦੇ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਏਜੀਐਲ ਦੀ ਅਪੀਲ ਹੈ ਉਹਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ ਮਸਲਾ ਕੀ ਹੈ ਜੇਕਰ ਥੋੜੀ ਜਿਹੀ ਤਫਸੀਲ ਦੇ ਵਿੱਚ ਜਾਈਏ ਮਸਲਾ ਇਹ ਹੈ ਕਿ 1938 ਦੇ ਵਿੱਚ ਜਵਾਹਰ ਲਾਲ ਨਹਿਰੂ ਜਿਹਨੂੰ ਸਾਡੇ ਲੋਕ ਚਾਚਾ ਵੀ ਕਹਿ ਦਿੰਦੇ ਆ ਪਰ ਖੈਰ ਆਪਾਂ ਕਿਸੇ ਦਾ ਸ਼ੀਅਰ ਤਾਂ ਇਹ ਜਿਹੜੀਆਂ ਹਸਤੀਆਂ ਨੇ ਹਮੇਸ਼ਾ ਸ਼ੰਕਿਆ ਦੇ ਘੇਰੇ ਦੇ ਵਿੱਚ ਵੀ ਰਹੀਆਂ ਇਹਨੇ ਨਾ ਅਖਬਾਰ ਚਲਾਇਆ ਸੀਗਾ ਨੈਸ਼ਨਲ ਹੈਡ ਅਖਬਾਰ ਜ਼ਿੰਮੇਵਾਰੀ ਕਿਹਦੀ ਸੀ ਐਸੋਸੀਏਟ ਜਨਰਲ ਲਿਮਟਿਡ ਨਾਂ ਦੀ ਕੰਪਨੀ ਹੁਣ ਇਹ ਕੰਪਨੀ ਕਿਹਦੀ ਸੀ ਜਿਹਦੇ ਵਿੱਚ ਜਾਂ ਤਾਂ ਗਾਂਧੀ ਪਰਿਵਾਰ ਸੀਗਾ ਜਾਂ ਕਾਂਗਰਸੀ ਸੀਗੇ ਮਤਲਬ ਅਖਬਾਰ ਤਕਰੀਬਨ ਕਾਂਗਰਸ ਦਾ ਕਹਿ ਸਕਦੇ ਹਾਂ 2008 ਦੇ ਵਿੱਚ ਅਖਬਾਰ ਬੰਦ ਕਰਨਾ ਪੈ ਗਿਆ ਉਦੋਂ ਕਾਂਗਰਸ ਪਾਰਟੀ ਨੇ ਏਜੀਐਲ ਨੂੰ ਪਾਰਟੀ ਫੰਡ ਤੋਂ ਫੰਡ ਦੇ ਵਿੱਚੋਂ ਬਿਨਾਂ ਵਿਆਜ ਤੋਂ 90 ਕਰੋੜ ਦਾ ਕਰਜ਼ ਦਿੱਤਾ ਐਸੋਸੀਏਟ ਜਨਰਲ ਫਿਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਟਰੈਕ ਖੇਡੀ 30-30 ਦੀ ਹਿੱਸੇਦਾਰੀ ਨਾਲ ਯੰਗ ਇੰਡੀਆ ਨਾਂ ਦੀ ਕੰਪਨੀ ਬਣਾਈ ਜਿਹਨੂੰ ਏਜੀਐਲ ਨੂੰ ਦਿੱਤੇ ਕਰਜ਼ ਦੇ ਬਦਲੇ ਇਹਦੀ 99% ਹਿੱਸੇਦਾਰੀ ਮਿਲੀ ਤੁਸੀਂ ਹੁਣ ਸੋਚਦੇ ਹੋਵੋਗੇ ਕਿ 90 ਕਰੋੜ ਦਾ ਖਰਚ ਦਿੱਤਾ 30-30 ਜਿਹੜੀ ਨਾਂ ਦੀ ਪਾਰਟਨਰਸ਼ਿਪ ਕਰਕੇ ਯੰਗ ਇੰਡੀਆ ਨਾਂ ਦੀ ਕੰਪਨੀ ਬਣਾਈ ਤੇ ਇਹ ਏਜੀਐਲ ਨੂੰ ਕਰਜ਼ ਦਿੱਤਾ ਤੇ ਇਹਦੇ ਬਦਲੇ ਕੰਪਨੀ ਦੀ ਜਿਹੜੀ ਏਜੀਐਲ ਦੀ ਸੀਗੀ ਜੋ ਵੀ ਸੰਪਤੀ ਸੀ ਜੋ ਵੀ ਸੀਗਾ ਸਿਸਟਮ ਤੇ ਉਹਦੀ 99% ਹਿੱਸੇਦਾਰੀ ਮਿਲ ਗਈ ਤੇ ਫਿਰ ਇਹਦੇ ਚ ਕਿਸੇ ਨੂੰ ਕੀ ਦੁੱਖ ਹੋ ਸਕਦਾ ਅਖਬਾਰ ਬੰਦ ਪਿਆ ਮਸਲਾ ਕੀ ਹੈ ਮਸਲਾ ਇਹ ਹੈ ਕਿ ਏਜੀਐਲ ਕੋਲੇ 413 ਕਰੋੜ ਰੁਪਏ ਦੀ ਜਾਇਦਾਦ ਹੈ
ਜਿਹੜੀ ਯੰਗ ਇੰਡੀਅਨ ਕੋਲ ਹੈ। ਯੰਗ ਇੰਡੀਅਨ ਕਿਹਦੀ ਕੰਪਨੀ ਹੈ? ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ। ਫਿਰ ਇਹ ਮਾਮਲਾ ਸੁਬਰਾਮਣੀ ਨੂੰ ਸਾਹਮਣੇ, ਤੁਹਾਨੂੰ ਪਤਾ ਮੂੰਹ ਫਟਨੇ ਤਾਂ ਬੀਜੇਪੀ ਦਾ, ਉਹ ਕਹਿੰਦਾ ਵੀ ਏਦਾਂ ਨਹੀਂ ਹੋ ਸਕਦਾ। ਫਿਰ ਉਹ ਬੰਦਾ ਇਹ ਨੈਸ਼ਨਲ ਹੈਡ ਦੀ ਸੰਪਤੀ ਜ਼ਬਤ ਕਰਨ ਤੇ ਧੋਖਾਧੜੀ ਕਰਨ ਦਾ ਇਲਜ਼ਾਮ ਲਾ ਤਾ ਤੇ ਮਾਮਲਾ ਲੈ ਗਿਆ ਉਹ ਅਦਾਲਤ ਦੇ ਵਿੱਚ। ਤੇ ਮਾਮਲਾ ਹੁਣ ਅਦਾਲਤ ਦੇ ਵਿੱਚ ਹੈ ਤੇ ਹੁਣ ਇਹਨੂੰ ਏਜਲ ਨੂੰ ਉਹ ਜਿਹੜੀ ਇਮਾਰਤ ਆ ਉਹ ਖਾਲੀ ਕਰਨੀ ਪਊਗੀ ਕਿਉਂਕਿ 56 ਸਾਲ ਪੁਰਾਣੀ ਲੀਜ਼ ਨੂੰ ਖਤਮ ਕਰਤਾ। ਜੀ ਜੀ, ਤੇ ਅੱਗੇ ਆਪਾਂ ਭਾਜਪਾ ਦੀ ਜੇ ਰੱਥ ਯਾਤਰਾ ਦੀ ਗੱਲ ਕਰੀਏ ਤਾਂ ਕਲਕੱਤਾ ਹਾਈ ਕੋਰਟ ਨੇ ਰੋਕ ਲਾਈ। ਦੇਖੋ ਇਹ ਨਾ ਭਾਜਪਾ ਦੀ ਜਿਹੜੀ ਭਾਜਪਾ ਨੇ ਕੱਢਣੀ ਸੀ ਉੱਥੇ ਪੱਛਮੀ ਬੰਗਾਲ ਦੇ ਵਿੱਚ ਰੱਥ ਯਾਤਰਾ, ਪੱਛਮੀ ਬੰਗਾਲ ਦੀ ਜਿਹੜੀ ਸਰਕਾਰ ਆ ਮਮਤਾ ਬੈਨਰਜੀ ਦੀ, ਉਹ ਕਹਿੰਦੀ ਵੀ ਏਦਾਂ ਨਹੀਂ। ਉਹ ਮਮਤਾ ਬੈਨਰਜੀ ਤਾਂ ਥੋੜੀ ਜਿਹੀ ਜਿਹੜੇ ਕੇਂਦਰ ਵਾਲੇ ਆ ਉਹਨੂੰ ਤੰਗ ਠਿੱਠ ਪਰੇਸ਼ਾਨ ਕਰਦੇ ਨੇ, ਕਹਿੰਦੇ ਵੀ ਰੱਥ ਯਾਤਰਾ ਨਹੀਂ ਨਿਕਲੀ ਉੱਥੇ। ਨਾ ਮਸਲਾ ਕੀ ਹੈ ਉੱਥੇ ਭਾਜਪਾ ਤੇ ਤਾਂ ਇਲੀਗੇਸ਼ਨ ਇਹ ਲੱਗਦੇ ਆ ਕਿ ਇਹ ਬੰਦੇ ਉੱਥੇ ਫਿਰਕੂ ਭਾਵਨਾਵਾਂ ਭੜਕਾਉਂਦੇ ਆ। ਭਾਜਪਾ ਵਾਲੇ ਇਹ ਦੋਸ਼ ਲਾਉਂਦੇ ਕਿ ਸਾਡੇ ਬੰਦੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਹੁਣ ਇਹ ਤਾਂ ਉੱਥੋਂ ਦੀ ਸਰਕਾਰ ਜਾਣੇ ਜਾਂ ਉੱਥੋਂ ਦੇ ਪੱਤਰਕਾਰ ਜਾਣਨ ਕੀ ਮਾਜਰਾ ਕੀ ਹੈ, ਪਰ ਅਸਲ ਦੇ ਵਿੱਚ ਜਿਹੜੇ ਲੋਕ ਬੁੱਧੀਮਾਨ ਨੇ ਜਾਂ ਉਹਨਾਂ ਦੇ ਉੱਥੋਂ ਦੇ ਅਫੇਅਰਸ ਤੇ ਨਜ਼ਰ ਰੱਖਦੇ ਆ, ਉਹ ਇਸ਼ਾਰਾ ਕਰਦੇ ਆ ਭਾਜਪਾ ਵੱਲ ਨੂੰ ਕਿ ਭਾਜਪਾ ਕੇਂਦਰ ਦੇ ਵਿੱਚ ਸੱਤਾ ਦਾ ਲਾਹਾ ਲੈ ਕੇ ਪੱਛਮੀ ਬੰਗਾਲ ਦੇ ਵਿੱਚ ਥੋੜੀ ਜਿਹੀ ਆਪਣੇ ਤਰੀਕੇ ਨਾਲ ਪੇਸ਼ ਆਉਂਦੀ ਹੈ। ਹੁਣ ਇਹਨਾਂ ਦਾ ਤਰੀਕਾ ਕੀ ਹੈ ਆਪਾਂ ਸਾਰੇ ਜਾਣਦੇ। ਇਹ ਕਹਿੰਦੇ ਕਿ ਅਸੀਂ ਕਰਨੀ ਹੈ ਬਈ ਰੱਥ ਯਾਤਰਾ, ਪੱਛਮੀ ਬੰਗਾਲ ਸਰਕਾਰ ਕਹਿੰਦੀ ਕਿ ਅਸੀਂ ਤੁਹਾਨੂੰ ਰੱਥ ਯਾਤਰਾ ਨਹੀਂ ਕਦਮ ਦੇਣੀ, ਤੁਸੀਂ ਕਰੋਗੇ ਮੌਤ ਖਰਾਬ। ਇਹ ਚਲੇ ਗਏ ਹਾਈ ਕੋਰਟ ਦੇ, ਹਾਈ ਕੋਰਟ ਦੇ ਕਹਿ ਰਹੇ ਬੈਂਚ ਨੇ ਰੱਦ ਕਰਤਾ ਸੀਗਾ ਭਾਈ ਕਿ ਜਿਹਨੂੰ ਰੱਖ ਯਾਤਰਾ ਕੱਢਣ ਦਿਓ ਤੁਸੀਂ ਸਰਕਾਰ ਨੂੰ। ਹਾਈ ਕੋਰਟ ਕਹਿੰਦੀ, ਉਹ ਪੱਛਮੀ ਬੰਗਾਲ ਸਰਕਾਰ ਕਹਿੰਦੀ ਵੀ ਅਸੀਂ ਏਦਾਂ ਨਹੀਂ, ਇਹ ਜਮਹੂਰੀਅਤ ਦਾ ਕਤਲ ਕਰਨ ਦਾ ਯਤਨ ਕਰ ਰਿਹਾ ਬੰਦੇ, ਤੇ ਉਹਨਾਂ ਨੇ ਫਿਰ ਡਿਵੀਜ਼ਨ ਬੈਂਚ ਕੋਲੇ ਇਹ ਚੀਜ਼ ਰੱਖਤੀ ਕਿ ਭਾਈ ਆ ਚੱਕੋ ਸਾਰਾ ਜਿੰਨਾ ਉਹਨਾਂ ਨੇ ਸੂਬੇ ਦੀ ਜਿਹੜੀਆਂ ਏਜੰਸੀਆਂ, ਮੇਰਾ ਖਿਆਲ ਹੈ ਕਿ 31 ਪੁਲਿਸ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰੇਟਾਂ ਕੋਲੋਂ ਜਿਹੜੀ ਸੂਹੀਆ ਜਾਣਕਾਰੀ ਲਈ ਭਾਜਪਾ ਦੀ ਰੱਥ ਯਾਤਰਾ ਦੀ ਇਜਾਜ਼ਤ ਦਿੱਤੇ ਜਾਣ ਤੇ ਕਿ ਫਿਰ ਕੀ ਦੰਗੇ ਭੜਕ ਸਕਦੇ ਆ 31 ਪੁਲਿਸ ਜ਼ਿਲ੍ਹਿਆਂ ਨੂੰ ਜ਼ਿਲ੍ਹਿਆਂ ਕੋਲ, ਤੇ ਹੋਰ ਵੀ ਖੁਸ਼ੀਆ। ਫਿਰ ਅਦਾਲਤ ਨੇ ਕੀਤਾ ਸਾਰੀਆਂ ਜਿਹੜੀਆਂ ਦੀ ਕੋਈ ਜਿਹੜੀ ਪੱਛਮੀ ਬੰਗਾਲ ਸਰਕਾਰ ਹੈ ਇਹਨਾਂ ਨੇ ਸਾਰੀਆਂ ਜਿਹੜੀਆਂ ਉਹ ਸੂਹੀਆ ਜਾਣਕਾਰੀਆਂ ਸੀਗੀਆਂ ਜੋ ਵੀ ਇਹਨਾਂ ਨੇ ਫਿਰ ਡਿਵੀਜ਼ਨ ਬੈਂਚ ਮੂਹਰੇ ਰੱਖ ਦਿੱਤੀਆਂ ਕਿ ਜੀ ਇਹਨਾਂ ਆਉਣ ਦੇ ਕਰਕੇ ਅਸੀਂ ਕਹਿੰਦੇ ਕਿ ਇਹਨਾਂ ਨੂੰ ਰੱਥ ਯਾਤਰਾ ਨਾ ਕੱਢਣ ਦਿਓ। ਹੁਣ ਹਜੇ ਕਲਕੱਤਾ ਹਾਈਕੋਰਟ ਨੇ ਭਾਜਪਾ ਦੀ ਰੱਥ ਯਾਤਰਾ ਤੇ ਬ੍ਰੇਕ ਲਾ ਦਿੱਤੀ ਹੈ, ਦੇਖਦੇ ਹਾਂ ਇਹ ਬ੍ਰੇਕਾਂ ਤੋੜਨ ਦੇ ਲਈ ਭਾਜਪਾ ਹੋਰ ਕਿਹੜਾ ਰੁੱਖ ਤਿਆਰ ਕਰਦੀ। ਜੀ ਅੱਗੇ ਆਪਾਂ ਤੰਦੂਰ ਕਾਂਡ ਦੀ ਜੇ ਗੱਲ ਕਰੀਏ ਉਸ ਦੇ ਵਿੱਚ ਸੁਸ਼ੀਲ ਸ਼ਰਮਾ ਰਿਹਾ ਹੋਵੇਗਾ। ਦੇਖੋ ਤੰਦੂਰ ਕਤਲ ਕਾਂਡ ਕਹਿ ਜਾ ਕਤਲ ਕਾਂਡ ਹੈ ਜਿਹਨੇ ਸੁਸ਼ੀਲ ਸ਼ਰਮਾ ਨੂੰ ਬਹੁਤ, ਮੈਂ ਕਹੂੰਗਾ ਕਿ ਉਹਦਾ ਜਿਹੜਾ ਰਾਜਨੀਤਿਕ ਗ੍ਰਾਫ ਸੀਗਾ ਉਹਨੂੰ ਥੱਲੇ ਲਿਆਂਦਾ, ਡਿੱਗਣਾ ਹੀ ਸੀ। 1995 ਦੇ ਵਿੱਚ ਵਾਪਰਿਆ ਸੀਗਾ ਤੇ ਦੋਸ਼ ਇਹ ਲੱਗੇ ਸੀਗੇ ਨਜਾਇਜ਼ ਸਬੰਧਾਂ ਦੇ ਸ਼ੱਕ ਦੇ ਵਿੱਚ ਇਹਨੇ ਪਤਨੀ ਦਾ ਕਤਲ ਕੀਤਾ, ਉਹਦੀ ਮ੍ਰਿਤਕ ਦੇਹ ਨੂੰ ਰੇਸਤਰਾਂ ਦੇ ਓਵਨ ਦੇ ਵਿੱਚ ਤੰਦੂਰ ਦੇ ਵਿੱਚ ਜਲਾਉਣ ਦਾ ਯਤਨ ਕੀਤਾ ਸੀਗਾ। ਮੈਨਾ ਸਾਹਮਣੇ ਉਹਦਾ ਨਾਂ ਸੀਗਾ ਔਰਤ ਦਾ। ਹੁਣ ਦਿੱਲੀ ਹਾਈ ਕੋਰਟ ਨੇ ਸਾਬਕਾ ਯੂਥ ਕਾਂਗਰਸੀ ਆਗੂ ਸੁਸ਼ੀਲ ਕੁਮਾਰ ਸ਼ਰਮਾ ਜਿਹੜਾ ਵਾ ਉਹਨੂੰ ਆਪਣੀ ਪਤਨੀ ਮੈਨਾ ਕਿਸਾਨੀ ਦੇ ਕਤਲ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ ਉਹ, ਤੇ ਤੁਰੰਤ ਪ੍ਰਭਾਵ ਨਾਲ ਰਿਹਾਅ ਕਰਨ ਦੇ ਹੁਕਮ ਦਿੱਤੇ ਹੈ। ਹੁਣ ਜਿਹੜਾ ਮੈਨਾ ਦੀ ਫੈਮਿਲੀ ਹੈ ਜਾਂ ਹੋਰ ਇਸ ਮਸਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਪਡੇਟਸ ਨੇ ਉਹਦੇ ਬਾਰੇ ਤਾਂ ਕੁਛ ਕਹਿ ਨਹੀਂ ਸਕਦੇ, ਪਰ ਕਈ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਇਸ ਤਰੀਕੇ ਨਾਲ ਜਿਹੜਾ ਕਰਨ ਦਾ ਪੀੜਤਾ ਦੇ ਨਾਲ ਪੀੜਤ ਫੈਮਿਲੀ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਤਰੀਕੇ ਨਾਲ ਵਧੀਕ ਕੀਤੀ ਜਾ ਸਕਦੀ ਹੈ। ਸੋ ਦੇਖਦੇ ਸੀ ਮੈਨਾ ਦੀ ਜਿਹੜੀ ਫੈਮਿਲੀ ਆ ਉਹ ਹੋਰ ਕਿਹੜਾ ਰੁੱਖ ਤਿਆਰ ਕਰਦੀ, ਕਿਤੇ ਇਸ ਦੇ ਵਿਰੁੱਧ ਅਪੀਲ ਕਰਦੀ ਹੈ ਜਾਂ ਨਹੀਂ, ਪਰ ਇਹ ਜਿਹੜੇ ਆਪਾਂ ਕਹਿੰਦੇ ਕਿ ਹੁਕਮ ਹੈ ਉਹ ਦਿੱਲੀ ਹਾਈ ਕੋਰਟ ਵੱਲੋਂ ਸ਼ਾਇਦ ਜਾਰੀ ਕੀਤੇ ਗਏ ਹੈ। ਦਿੱਲੀ ਹਾਈ ਕੋਰਟ ਨੇ, ਹਾਂ ਦਿੱਲੀ ਹਾਈ ਕੋਰਟ ਨੇ ਜਾਰੀ ਕੀਤੇ ਕਿ ਇਹਨੂੰ ਤੁਰੰਤ ਪ੍ਰਭਾਵ ਦੇ ਨਾਲ ਰਿਹਾਅ ਕੀਤਾ। ਸੋ ਇਹ ਇੰਨੀ ਕੁ ਖ਼ਬਰ ਹੈ ਕਿ 95 ਦੇ ਵਿੱਚ ਇਹਨੇ ਆਪਣੀ ਜਿਹੜੀ ਪਤਨੀ ਨੈਣਾ ਸਾਹਨੀ ਉਹਨੂੰ ਉਹਦਾ ਕਤਲ ਕੀਤਾ ਸੀ ਤੇ ਤੰਦੂਰ ਦੇ ਵਿੱਚ ਟੁਕੜੇ ਟੁਕੜੇ ਕਰਕੇ ਇੱਕ ਰੇਸਤਰਾਂ ਦਾ ਰੈਸਟੋਰੈਂਟ ਦਾ ਤੰਦੂਰ ਸੀਗਾ ਤੇ ਉੱਥੇ ਉਹਨੂੰ ਸਾੜਨ ਦੀ ਕੋਸ਼ਿਸ਼। ਜੀ ਤੇ ਅੱਗੇ ਗੱਲ ਕਰਦੇ ਇੱਕ ਵਿਧਾਇਕ ਤੇ ਦੋ ਹੋਰਨਾਂ ਨੂੰ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਉਮਰ ਕੈਦ ਹੋਈ। ਦੇਖੋ ਇਹ ਜਿਹੜਾ ਵਿਧਾਇਕ ਆ ਨਾ ਇਹ ਅਸਲ ਦੇ ਵਿੱਚ ਰਾਜ ਵੱਲਭ ਯਾਦਵ ਹੈ, ਇਹਦਾ ਨਾਂ ਤੇ ਆਰ ਜੇ ਡੀ ਦਾ ਮਸਲਾ ਹੈ। ਆਰ ਜੇ ਡੀ ਨੇ ਇਹਨੂੰ ਮੁਅੱਤਲ ਕਰਤਾ ਸੀਗਾ। ਮਸਲਾ ਸੀਗਾ 6 ਫਰਵਰੀ 2016 ਨੂੰ ਰਾਜ ਵੱਲਭ ਦੇ ਜਿਹੜਾ ਯਾਦਵ ਹੈ ਇਹਦੇ ਲਿਹਾਜ਼ ਤੇ ਘਰ ਦੇ ਵਿੱਚ ਨਾਬਾਲਗ ਕੁੜੀ ਦੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਯਾਦਵ ਤੇ 4 ਔਰਤਾਂ ਸਣੇ 5 ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ 15 ਦਸੰਬਰ ਨੂੰ। 6 ਫਰਵਰੀ ਦੀ ਘਟਨਾ, 15 ਦਸੰਬਰ ਨੂੰ ਦੋਸ਼ੀ ਕਰਾਰ ਦਿੱਤਾ। ਹੁਣ ਇਹਨੂੰ ਇਸੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 3 ਹੋਰ ਦੋਸ਼ੀਆਂ ਨੂੰ 10-10 ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਹੋ ਚੁੱਕੀ ਹੈ ਤੇ ਇਹ 50,000 ਰੁਪਇਆ ਸ਼ਾਇਦ ਇਹਨੂੰ ਜੁਰਮਾਨਾ ਵੀ ਕੀਤਾ ਤੇ ਨਵਾਦਾ ਤੋਂ ਵਿਧਾਇਕ ਸੀਗਾ ਤੇ ਹੁਣ ਵਿਧਾਨ ਸਭਾ ਮੈਂਬਰੀ ਵੀ ਇਹਦੀ ਸਿਫਤ ਹੈ। ਬਾਕੀ ਦੋ ਹੋਰਨਾਂ ਨੂੰ ਉਮਰ ਕੈਦ ਤੇ 20,000 ਰੁਪਇਆ ਜੁਰਮਾਨਾ ਹੋਇਆ ਤੇ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਜਦੋਂ ਇਹਦਾ ਨਾਂ ਆਇਆ ਸੀਗਾ ਰਾਸ਼ਟਰੀ ਜਨਤਾ ਦਲ
ਉਹਨੇ 14 ਫਰਵਰੀ 2016 ਨੂੰ ਇਹਨੂੰ ਪਾਰਟੀ ਦੇ ਵਿੱਚੋਂ ਨਕਲ ਕਰ ਦੇਗਾ। ਸਾਡੇ ਲੋਕ ਨੁਮਾਇੰਦੇ ਚੁਣਦੇ ਆ ਕਿ ਸਾਡੀ ਇਹ ਛਾ ਦਫ਼ਾ ਸਵਾਰ ਦੇਣਗੇ, ਸਾਡੀ ਜ਼ਿੰਦਗੀ ਸਵਾਰ ਦੇਣਗੇ, ਸਾਡੇ ਲਈ ਨੀਤੀਆਂ ਬਣਾਉਣਗੇ, ਪਰ ਇਹ ਘਟੀਆ ਕਿਰਦਾਰ ਦੇ ਲੋਕਾਂ ਨੂੰ ਪ੍ਰੋਟੈਕਟ ਕਰ ਲਈ ਜਾਏ, ਉਹਨਾਂ ਦੀ ਆਵਰੀ ਦੇ ਨਾਲ ਖਿਲਵਾੜ ਕਰਦੇ ਆ। ਮੇਰਾ ਖਿਆਲ ਹੈ ਕਿ ਜਿੱਥੇ ਆਰ ਜੀ ਡੀ ਨੂੰ ਮਤਲ ਕੀਤਾ, ਇਹਦੀ ਵਿਧਾਇਕੀ ਵੀ ਖੋਲ ਸਕਦੀ ਹੈ, ਤਾਂ ਇਹ ਅਗਲੇ ਥਾਂ ਨਾ ਜਾਵੇ, ਅਗਲੀ ਅਦਾਲਤ ਦੇ ਵਿੱਚ ਨਾ ਜਾਵੇ, ਆਪਦੀ ਇਸ ਸਜ਼ਾ ਨੂੰ ਚੁਣੌਤੀ ਨਾ ਦੇਵੇ, ਤਾਂ ਇਹਦੇ ਲਈ ਸ਼ਾਇਦ ਪੀੜਿਤ ਨੂੰ ਹੋਰ ਵੀ ਭੱਜ ਦੌੜ ਕਰਨੀ ਪੈ ਸਕਦੀ ਹੈ। ਪਰ ਹਾਂ, ਜੋ ਫੈਸਲਾ ਆ ਉਹਦਾ ਇਹ ਮੈਂ ਕਹੂੰਗਾ ਕਿ ਉਹਦਾ ਭਾਗੀਦਾਰ ਆ, ਉਹ ਸਜ਼ਾ ਦਾ ਹੱਕਦਾਰ ਇਹਨੂੰ ਮਿਲਣੀ ਚਾਹੀਦੀ ਹੈ। ਅਦਾਲਤੀ ਫੈਸਲੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਉੱਤੇ ਵਧੀਕ ਕਿਵੇਂ ਹੋਈ, ਇਹ ਇਹਦੇ ਇਸੇ ਚੀਜ਼ ਦੇ ਹੀ ਲਾਇਕ ਹੈ ਜੀ। ਤੇ ਅੱਗੇ ਆਪਾਂ ਐਮਾਜ਼ੋਨ ਦੀ ਗੱਲ ਕੀਤੀ ਆ, ਕਰਦੇ ਹਾਂ ਕਿ ਉਹਨਾਂ ਨੇ ਇੱਕ ਰੱਗ ਵੇਚਣੀ ਸ਼ੁਰੂ ਕੀਤੀ ਸੀ, ਦਰਬਾਰ ਸਾਹਿਬ ਦੀ ਪਿਕਚਰ ਸੀ ਉਹਦੇ ਉੱਤੇ, ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਸੀ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇੱਕ ਐਮਾਜ਼ੋਨ ਨੇ ਨਾ ਇੱਕ ਮੀਡੀਆ ਸੋਸ਼ਲ ਮੀਡੀਆ ਤੇ ਇੱਕ ਉਹਨਾਂ ਨੇ ਇੱਕ ਕੰਪਨੀ ਨੂੰ ਕਹਿਤਾ ਕਿ ਸਾਡੇ ਵੱਲੋਂ ਤੁਸੀਂ ਸਪਸ਼ਟੀਕਰਨ ਦੇ ਦਿਓ, ਤੇ ਉਸ ਕੰਪਨੀ ਨੇ ਸਪਸ਼ਟੀਕਰਨ ਵੀ ਦਿੱਤਾ ਤੇ, ਪਰ ਸ਼੍ਰੋਮਣੀ ਕਮੇਟੀ ਨੇ ਹਲੇ ਤੱਕ ਇਸ ਇਤਰਾਜ਼ ਨੂੰ ਹੁੰਗਾਰਾ ਨਹੀਂ ਦਿੱਤਾ। ਉਹ ਕਹਿੰਦੇ ਕਿ ਇਸ ਤਰ੍ਹਾਂ ਨਾਲ ਮਤਲਬ ਅਸੀਂ ਨਹੀਂ ਮੰਨਦੇ ਕਿ ਵਾਕਈ ਕੰਪਨੀ ਨੇ ਗਲਤੀ ਮੰਨੀ, ਕਿਉਂਕਿ ਜਿਹੜੀ ਗਲਤੀ ਮੰਨੀ ਹੈ ਨਾ ਉਹ ਕਾਨੂੰਨੀ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਇਹ ਜਨਸੰਪਰਕ ਕੰਪਨੀ ਉਹਦੇ ਨੇ ਮੀਡੀਆ ਨੂੰ ਬਿਆਨ ਭੇਜਤਾ, ਇਹਦੇ ਵਿੱਚ ਕਹਿੰਦੇ ਕਿ ਅਸੀਂ ਜੀ ਇਹਨਾਂ ਉਤਪਾਦਾਂ ਨੂੰ ਹਟਾ ਰਹੇ ਹਾਂ। ਹੁਣ ਨਾ ਤਾਂ ਇਸ ਕੰਪਨੀ ਦੇ ਕੋਈ ਲੈਟਰ ਹੈੱਡ ਹੈ ਤੇ ਨਾ ਕਿਸੇ ਅਧਿਕਾਰੀ ਦੇ ਨਾਂ ਹੇਠਾ ਜਿਹੜੀ ਬਿਆਨ ਹੈ, ਕੰਪਨੀ ਦਾ ਲੈਟਰ ਹੈੱਡ ਵੀ ਨਹੀਂ ਗਾ। ਤੇ ਜਿਹੜੇ ਕਮੇਟੀ ਦੇ ਸਕੱਤਰ ਨੇ ਡੇਰੀ ਸਾਹਿਬ, ਉਹ ਕਹਿੰਦੇ ਕਿ ਇਸ ਤਰ੍ਹਾਂ ਗੁਮਨਾਮ ਬਿਆਨਬਾਜ਼ੀ ਦਾ ਕੋਈ ਆਧਾਰ ਨਹੀਂ ਹੈ ਤੇ ਇਸ ਤਰ੍ਹਾਂ ਦਾ ਕੋਈ ਵੀ ਈਮੇਲ ਸਾਨੂੰ ਹਾਲੇ ਤੱਕ ਸ਼੍ਰੋਮਣੀ ਕਮੇਟੀ ਕੋਲ ਪੁੱਜਿਆ ਨਹੀਂ ਗਾ। ਹਾਂ, ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇਸ ਮਸਲੇ ਦੇ ਵਿੱਚ ਆਪਾਂ ਕਹਿ ਲਈਏ ਕਿ ਐਮਾਜ਼ੋਨ ਕੰਪਨੀ ਜਿਹੜਾ ਦਫ਼ਤਰ ਹੈ ਉਹ ਬੰਦ ਕਰਵਾਤਾ ਵਾ, ਤੇ ਹੋਰ ਮਤਲਬ ਜਿਹੜੇ ਹੋਰ ਇਸ ਤਰ੍ਹਾਂ ਦਾ ਆਦਾਨ ਪ੍ਰਦਾਨ ਆ ਉਹਦੇ ਤੇ ਵੀ ਦੱਸਦੇ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਕਿੰਤੂ ਕੀਤਾ, ਉਹਦੇ ਰੋਕ ਲਾਉਣ ਦੀ ਮੰਗ ਕੀਤੀ ਹੈ। ਹਰਿਆਣੇ ਦੇ ਵਿੱਚ ਇਹ ਪਬਲਿਸ਼ ਹੋਣ ਦੀਆਂ ਖ਼ਬਰਾਂ ਆ ਰਹੀਆਂ ਨੇ ਕਿ ਜਿਹੜਾ ਜੋ ਵੀ ਛਾਪਿਆ ਜਾਂਦਾ ਸੀ ਹਰਿਆਣਾ ਦੇ ਵਿੱਚ ਇੱਕ ਥਾਂ ਤੇ ਛਾਪਿਆ ਜਾਂਦਾ ਸੀਗਾ। ਤਾਂ ਕਮਾਲ ਦੀ ਗੱਲ ਹੈ ਕਿ US ਦੀ ਕੰਪਨੀ ਆ ਉਹ, ਪਰ ਸਾਡੇ ਇੱਥੇ ਲੋਕਾਂ ਨੂੰ ਤਾਂ ਪਤਾ ਨਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਕੀ ਅਕਾਦਤ ਆ, ਉਹਨਾਂ ਦਾ ਸਿੱਖ ਜਗਤ ਦੇ ਵਿੱਚ ਕਿੱਡਾ, ਸਿੱਖ ਜਗਤ ਨਹੀਂ ਮੈਂ ਕਹੂੰਗਾ ਕਿ ਸਾਰੇ ਵਰਲਡ ਦੇ ਵਿੱਚ ਉਹਨਾਂ ਦਾ ਕਿੱਡਾ ਵੱਡਾ ਸਥਾਨ ਹੈ, ਕਿੱਡੀ ਵੱਡੀ ਉਹਨਾਂ ਦੀ ਮਹਾਨਤਾ ਹੈ ਸਾਰੇ ਵਰਲਡ ਦੇ ਇਤਿਹਾਸ ਦੇ ਵਿੱਚ, ਵਰਲਡ ਦੇ ਵਿੱਚ। ਤਾਂ ਉੱਥੇ ਉਹ ਹਰਿਆਣੇ ਦੇ ਵਿੱਚ ਇਹ ਕੰਮ ਹੁੰਦਾ ਤਾਂ ਬੜਾ ਨਿੰਦਣੀ ਦਾ। ਮੈਂ ਕਹਿ ਸਕਦਾ ਕਿ ਐਮਾਜ਼ੋਨ ਦੇ ਤਾਂ ਇਹਨਾਂ ਨੂੰ ਨਾਲ ਨਾਲ ਚੱਲਣੇ ਚਾਹੀਦੇ ਪੈਰਲਰ ਵੀ। ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਤੱਕ ਅਪਰੋਚ ਕਰਕੇ ਸ਼੍ਰੋਮਣੀ ਕਮੇਟੀ ਨੇ ਕਹਿਣਾ ਚਾਹੀਦਾ ਕਿ ਇੱਥੇ ਜਿੰਨਾ ਵੀ ਇਹਨਾਂ ਦਾ ਕਾਰੋਬਾਰ ਹੁੰਦਾ ਇੱਕ ਵਾਰੀ ਉਹਦੇ 'ਚ ਰੋਕ ਲੱਗੇ। ਦੂਜੀ ਗੱਲ ਇਹ ਕਿ ਹਰਿਆਣਾ ਦੇ ਵਿੱਚ ਜੇਕਰ ਇਹ ਚੀਜ਼ਾਂ ਵਾਪਰਨੀਆਂ, ਇਹ ਚੀਜ਼ਾਂ ਛਾਪਣੀਆਂ, ਗੱਲਾਂ ਸਾਹਮਣੇ ਆ ਰਹੀਆਂ, ਤਾਂ ਉੱਥੋਂ ਵੀ ਜਿਹੜੇ ਉੱਥੋਂ ਦੇ ਕੰਮ ਕਰਦੇ ਨੇ ਜਾਂ ਉੱਥੇ ਜਿਹੜੇ ਕਰਤਾ ਧਰਤਾ ਨੇ, ਜਿਹੜੀ ਮੈਨੇਜਮੈਂਟ ਹੈ, ਉਹਨਾਂ ਨੂੰ ਵੀ ਤਲਬ ਕਰਕੇ ਉਹਨਾਂ ਦੇ ਉਹਨਾਂ 'ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ। ਤੇ ਅੱਗੇ ਪੰਚਾਇਤੀ ਚੋਣਾਂ ਦਾ ਜੋ ਰੋਲ ਕਚੋਲਾ ਚੱਲ ਰਿਹਾ, ਜੇ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੇ, ਦੇਖੋ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਗਜ ਰਾਜ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਤਰ੍ਹਾਂ ਨਾਲ ਇੱਕ ਪਾਸੜ ਹੀ ਹੋਇਆ ਕੰਮ। ਇਹ ਚੀਜ਼ਾਂ ਕਿਸੇ ਲੁਕੀਆਂ ਨਹੀਂ, ਇਹਨਾਂ ਚੀਜ਼ਾਂ ਨੂੰ ਜੇ ਤਾਂ ਤੁਸੀਂ 5 ਮਿੰਟਾਂ ਦੇ ਵਿੱਚ ਤੋੜ ਮਰੋੜ ਕੇ ਕਰੋਗੇ ਤੇ ਇਸ ਚੀਜ਼ ਐਂ ਹੋਇਆ ਫਲਾਣਾ ਹੋਇਆ, ਉਹਦੇ 'ਚ ਨਹੀਂ ਸਿੱਧਾ ਸੱਤਾਧਾਰੀਆਂ ਦੇ ਉੱਤੇ ਦੋਸ਼ ਲੱਗਦਾ ਕਿ ਵਧੀਕੀਆਂ ਹੋ ਰਹੀਆਂ ਨੇ, ਵਧੀਕੀਆਂ ਹੁੰਦੀਆਂ ਰਹੀਆਂ ਨੇ, ਆਪਾਂ ਸਾਰੇ ਜਾਣਦੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲੇ 'ਚ 231 ਸਰਪੰਚਾਂ ਤੇ 498 ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਆ। ਹੁਣ ਕਾਹਤੋਂ ਰੱਦ ਕੀਤੇ ਗਏ ਆਪਾਂ ਸਾਰੇ ਜਾਣਦੇ ਵੀ ਅੱਗੇ ਲੋਕ ਸਭਾ ਚੋਣਾਂ ਆਉਣਗੀਆਂ ਤੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਕਾਡਰ ਮਜ਼ਬੂਤ ਚਾਹੀਦਾ, ਜੇ ਪਿੰਡ ਦੇ ਸਰਪੰਚ ਬਣਨਗੇ ਇਹਨਾਂ ਦੇ ਬੰਦੇ ਤੇ ਤਾਂ ਹੀ ਗ੍ਰਾਂਟਾਂ ਦੀ ਸਜ਼ਾ ਸਿਖਾਈ ਹੋਊਗੀ ਤੇ ਉਹੀ ਵੋਟਾਂ ਪਵਾਉਣਗੇ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹ ਗਿਣਤੀ ਸਰਪੰਚਾਂ ਦੀ 270 ਤੇ ਪੰਚਾਂ ਦੀ 748 ਹੈ। ਪਟਿਆਲਾ ਜ਼ਿਲ੍ਹੇ ਦੇ ਵਿੱਚ ਸਨੌਰ ਹਲਕ ਹੈ ਜਿੱਥੇ ਸਰਪੰਚਾਂ ਦੇ 103 ਨਾਮਜ਼ਦਗੀ ਕਾਗਜ਼ ਰੱਦ ਕੀਤੇ ਗਏ। ਸਨੌਰ ਹਲਕ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਕਈ ਥਾਈਂ ਅਕਾਲੀ ਦਲ ਨੇ ਹੋਰ ਧਿਰਾਂ ਨੇ ਧੱਕੇ ਦੇ ਨਾਲ ਕਾਗਜ਼ ਰੱਦ ਕਰਨ ਦਾ ਦੋਸ਼ ਲਾ ਕੇ ਵਿਰੋਧ ਵੀ ਦਰਜ ਕਰਾਇਆ ਤੇ ਕਾਗਜ਼ ਰੱਦ ਕਰਨ ਜਿਹੜੀਆਂ ਰਿਪੋਰਟਾਂ ਸੀ 20 ਦਸੰਬਰ ਨੂੰ ਕਾਗਜ਼ਾਂ ਦੀ ਜਾਂਚ ਵਾਲੇ ਦਿਨ ਹੀ ਮਿਲਣੀਆਂ ਚਾਹੀਦੀਆਂ ਸੀ, ਪਰ ਰਿਪੋਰਟਾਂ ਲੋਕਾਂ ਨੂੰ ਨਹੀਂ ਮਿਲਣਾ। ਇਸ ਕਰਕੇ ਸੰਗਰੂਰ ਜ਼ਿਲ੍ਹੇ ਦਾ ਵੀ ਇਹੀ ਹਾਲ ਆ, ਉੱਥੇ ਵੀ ਸਖ਼ਤ ਦੇ ਕਰੀਬ ਸਰਪੰਚ ਹੈ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਆ, 150 ਤੋਂ ਵੱਧ ਪੰਚ ਹੈ, ਹੋਰ ਬੜੇ ਤੇ 9 ਵਜੇ ਤੱਕ ਵੀ ਕਿਸੇ ਨੂੰ ਕਈ ਜ਼ਿਲ੍ਹਾ ਹੈੱਡਕੁਆਰਟਰ ਇਹੋ ਜਿਹੇ ਸੀਗੇ ਜਿੱਥੇ ਰਾਤ ਦੇ 9 ਵਜੇ ਤੱਕ ਵੀ ਮੁਕੰਮਲ ਜਾਣਕਾਰੀ ਨਹੀਂ ਆਈ ਸੀ ਤੇ 3 ਵਜੇ ਤੱਕ ਕਾਗਜ਼ ਵਾਪਸ ਲੈਣ ਤੇ ਉਸ ਤੋਂ ਬਾਅਦ ਚੋਣ ਨਿਸ਼ਾਨ ਜਾਰੀ ਕੀਤੇ ਜਾਣੇ ਸਨ, ਪਰ ਦੇਰ ਰਾਤ ਚੋਣ ਨਿਸ਼ਾਨ ਜਾਰੀ ਕਰ ਨਹੀਂ ਕੀਤੇ ਗਏ। ਚਲੋ ਖੈਰ, ਮੋਗੇ ਦਾ ਜਿਹੜਾ ਡੀਸੀ ਬਣਨ ਬਾਰੇ ਆਪਾਂ ਖਬਰ ਕੀਤੀ ਸੀਗੀ ਉਹਦਾ ਵੀ ਰੇਟ ਕਾਲੇ ਬਰਕਰਾਰ ਹੈ, ਪਰ ਇੱਕ ਮੈਂ ਤੁਹਾਨੂੰ ਉੜਦੀ ਦੀ ਧਾਤ ਮਾਰ ਦਿੰਦਾ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਥਾਂਗੀ ਕੁਛ ਵਾਪਰ ਰਿਹਾ। ਇਕੱਲਾ ਇਹ ਨਹੀਂ ਗਾ ਕਿ ਆਪਾਂ ਕਹਿ ਸਕਦੇ ਕਿ ਦੂਜੇ ਸੱਤਾਧਾਰੀ ਹੈਗੇ ਜਿਹੜੇ ਉਹ ਦੋਸ਼ ਲਾ ਰਹੇ ਹੈ ਜਾਂ ਅਕਾਲੀ ਦੋਸ਼ ਲਾ ਰਹੇ ਹੈ। ਮੋਗੇ ਦੇ ਵਿੱਚ ਕਾਂਗਰਸ ਦੀਆਂ ਵਿਚਾਲੇ ਇੱਟਾਂ ਰੋੜੇ ਚੱਲੇ ਆ, ਆਪਸੇ ਵੀ ਕਾਂਗਰਸ ਸਿਰ ਤੇ। ਡਾਲਾ ਦੇ ਵਿੱਚ ਕਾਂਗਰਸ ਦੇ ਇੱਕ ਗੁੱਟ ਦੀਆਂ 3 ਔਰਤਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋ ਗਏ ਸੀਗੇ ਤੇ ਫਿਰ ਦੋਨਾਂ ਧਿਰਾਂ ਦੇ ਵਿੱਚ ਪਿੱਛੀ ਬਹਿਸ ਹੋਈ।
ਸਰਕਾਰੀ ਲੋਕ ਤੋਂ ਬਾਅਦ ਸਥਿਤੀ ਵਿਗੜ ਗਈ ਸੀ। ਖੇੜੀ ਦੇ ਦਲਿਤ ਆ ਉਹਨਾਂ ਨੇ ਚੋਣਾਂ ਦਾ ਬਾਈਕਾਟ ਕਰਤਾ ਸੰਗਰੂਰ ਜ਼ਿਲ੍ਹੇ ਦਾ ਤੇ ਇੱਕ ਪੁਰਾਣੀਆਂ ਪੰਚਾਇਤੀ ਚੋਣਾਂ ਦੇ ਵਿੱਚ ਧੱਕੇ ਖਿਲਾਫ਼ ਸ਼ਾਇਦ ਧਰਨਾ ਦਿੱਤਾ ਨਾਭਾ ਦੇ ਵਿੱਚ ਜਿੱਥੇ ਆਪਾਂ ਪਟਿਆਲਾ ਦੀ ਗੱਲ ਕਰ ਚੁੱਕੇ ਹਾਂ ਤੇ ਲੰਬੀ ਹਲਕੇ ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ਼ ਕਾਂਗਰਸ ਡਟੇ ਆ ਇੱਥੇ ਵੀ ਅਕਾਲੀ ਪਾਸੇ ਆ ਲੰਬੀ ਹਲਕੇ ਦੇ ਵਿੱਚ ਕਾਂਗਰਸ ਆਮੋ ਸਾਹਮਣੇ ਆ ਧੜੇਬੰਦੀ ਗੁੱਟਬੰਦੀ ਅਕਾਲੀਆਂ ਚ ਵੀ ਆ ਕਾਂਗਰਸੀਆਂ ਚ ਵੀ ਆਮ ਆਦਮੀ ਪਾਰਟੀ ਤਾਂ ਉਹਨਾਂ ਦੇ ਤਾਂ ਇਕੱਲੇ ਵਰਕਰੀ ਨੀ ਧੜੇ ਦੇ ਵਿੱਚ ਉਹਨਾਂ ਦੇ ਲੀਡਰ ਵੀ ਧੜਿਆ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਸਿੰਗਰ ਆ ਕਾਫੀ ਫੇਮਸ ਸਿੰਗਰ ਕਿਹਾ ਜਾਂਦਾ ਹੈ ਉਹ ਚੋਣ ਮੈਦਾਨ ਦੇ ਵਿੱਚ ਆਇਆ ਉਹਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਆਈ ਆ ਉਹ ਕਹਿੰਦਾ ਕਿ ਜੀ ਆਪਾਂ ਹਾਰ ਬਦਲਾਂਗੇ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਤੁਸੀਂ ਸਾਰੇ ਚੱਲੋ ਮੇਰੇ ਨਾਲ ਤਾਂ ਉਹ ਵੀ ਹੁਣ ਚੋਣ ਮੈਦਾਨ ਦੇ ਵਿੱਚ ਕੁੱਦਿਆ ਉਹਨੇ ਕਿਹਾ ਕਿ ਮੈਂ ਕੋਈ ਨੀ ਗ੍ਰਾਂਟ ਖਾਂਦਾ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਉਹਨੇ ਗੱਲ ਕਹੀ ਹੈ ਚਲੋ ਚੰਗੀ ਗੱਲ ਹੈ ਗਾਣੇ ਤਾਂ ਉਹਦੇ ਵਿਵਾਦਾਂ ਦੇ ਵਿੱਚ ਹੀ ਹੁੰਦੇ ਖੈਰ ਜੇ ਕੋਈ ਬੰਦਾ ਸਮਾਜ ਲਈ ਕੰਮ ਕਰਦਾ ਤਾਂ ਉਹ ਚੰਗੀ ਗੱਲ ਵੀ ਕਹਿ ਸਕਦੇ ਹਾਂ ਪਰ ਰੌਲਾ ਇਹ ਹੈ ਕਿ ਹੁਣ ਅਕਾਲੀ ਤਾਂ ਦੋਸ਼ ਲਾਉਂਦੀ ਸੀ ਆਮ ਆਦਮੀ ਪਾਰਟੀ ਦੋਸ਼ ਲਾਉਂਦੀ ਸੀ ਕਾਂਗਰਸ ਇੱਕ ਦੂਜੇ ਦੀ ਸਿਰ ਪਾੜੀ ਜਾਂਦੀ ਇੱਥੋਂ ਦੇਖ ਸਕਦੇ ਹਾਂ ਕਿ ਸੱਤਾ ਦੀ ਦਖਲ ਅੰਦਾਜ਼ੀ ਜਾਂ ਸੱਤਾ ਦੇ ਵਿੱਚ ਸੱਤਾ ਦਾ ਇਹਨਾਂ ਚੋਣਾਂ ਦੇ ਵਿੱਚ ਛੱਡ ਕੇ ਨੇ ਸਿੱਧਾ ਮਿੱਤਰ ਚਾਉਣ ਦੇ ਨਾਲ ਹਾਲਾਤ ਇੱਥੋਂ ਤੱਕ ਵਿਗੜ ਚੁੱਕੇ ਆ ਜੀ ਹਾਂਜੀ ਤੇ ਅੱਗੇ ਗੱਲ ਕਰਦੇ ਹਾਂ ਹਾਈ ਕੋਰਟ ਨੇ ਫੈਸਲੇ ਨੂੰ ਰਾਖਵਾਂ ਰੱਖ ਲਿਆ ਜਿਹੜਾ ਬੇਅਦਬੀ ਕਾਂਡ ਦਾ ਦੇਖੋ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਪਟੀਸ਼ਨਾਂ ਦਾਖਲ ਨੇ ਨਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਪਟੀਸ਼ਨਾਂ ਤੇ ਫੈਸਲਾ ਰਾਖਵਾਂ ਰੱਖਿਆ ਔਰ ਜਿਹੜਾ ਹੇਠਲਾ ਬੈਂਚ ਜਸਟਿਸ ਰੰਜਨ ਗੁਪਤਾ ਦੀ ਅਗਵਾਈ ਵਾਲਾ ਉਹਨਾਂ ਨੇ ਸਪਸ਼ਟ ਕੀਤਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਜਾਰੀ ਰੱਖੀ ਜਾ ਸਕਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਹਦਾਇਤ ਇਹ ਵੀ ਕੀਤੀ ਹੈ ਕਿ ਹੇਠਲੀ ਅਦਾਲਤ ਮੂਹਰੇ ਸਿੱਟ ਦੀ ਅੰਤਿਮ ਰਿਪੋਰਟ ਦਾਖਲ ਕਰਨ ਤੋਂ ਪਹਿਲਾਂ ਇਹਦੀ ਇਜਾਜ਼ਤ ਲਈ ਜਾਵੇ ਤੇ ਪੰਜਾਬ ਦੇ ਐਡਵੋਕੇਟ ਜਿਹੜੇ ਨੇ ਜਨਰਲ ਅਤੁਲ ਨੰਦਾ ਉਹ ਕਹਿੰਦੇ ਕਿ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ਼ ਬੈਂਚ ਨੇ ਫੈਸਲਾ ਸੁਣਾਇਆ ਤਾਂ ਵੀ ਜਾਂਚ ਸਰਕਾਰ ਜਿਹੜੀ ਆ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਜਾਂਚ ਜਾਰੀ ਰੱਖੇਗੀ। ਚਲੋ ਮੈਂ ਅਤੁਲ ਨੰਦਾ ਦੀ ਗੱਲ ਦੇ ਨਾਲ ਸਹਿਮਤ ਹੋ ਜਾਂਦਾ ਇੱਕ ਵਾਰੀ ਪਰ ਇਹ ਵੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਕਿ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਜਿਹੜੀ ਉਹਨੇ ਇਸ਼ਾਰਾ ਕੀਤਾ ਸੀਗਾ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਤਾਂ ਉਹਨਾਂ ਨੂੰ ਫਿਰ ਹਾਈਕੋਰਟ ਜਾਣ ਦਾ ਸਟੇਅ ਲੈਣ ਦਾ ਮੌਕਾ ਤਾਂ ਨਹੀਂ ਦਿੱਤਾ ਸਰਕਾਰ ਨੇ ਉਹਨਾਂ ਦੇ ਫਿਰ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਸਰਕਾਰ ਦੀ ਇਹ ਵੀ ਤਾਂ ਮਨਸ਼ਾ ਜਿਹੜੀ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਨਾ ਖੈਰ ਦੇਖਦੇ ਹਾਂ ਕਿ ਹਾਈਕੋਰਟ ਜਿਹੜੀ ਆ ਉਹ ਕੀ ਫੈਸਲੇ ਸੁਣਾਉਂਦੀ ਕਿਹੜੀਆਂ ਕਿਹੜੀਆਂ ਪਟੀਸ਼ਨਾਂ ਤੇ ਕਿਹੜੇ ਕਿਹੜੇ ਫੈਸਲੇ ਜੀ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਦਿਲਵਾਗ ਸਿੰਘ ਵਾਘਾ ਦੀ 19 ਸਾਲਾਂ ਬਾਅਦ ਰਿਹਾ ਹੋਏ ਹਾਂਜੀ ਇਹ 19 ਸਾਲਾਂ ਬਾਅਦ ਇਹਨਾਂ ਨੂੰ ਰਿਹਾ ਸੂਬਾ ਸਰਕਾਰ ਨੇ ਰਿਹਾ ਕੀਤਾ ਔਰ ਅੱਤਵਾਦ ਦੇ ਦੌਰ ਦੇ ਵਿੱਚ ਕਤਲ ਤੇ ਚਾਰਜ ਦੇ ਅਧੀਨ ਦੋ ਦਰਜਨ ਕੇਸਾਂ ਦੇ ਅਧੀਨ ਇਹ ਬੰਦ ਸੀਗੇ ਜੇਲ੍ਹ ਦੇ ਵਿੱਚ ਤੇ ਘੱਗਾ ਥਾਣਾ ਆਉਂਦਾ ਉੱਥੇ ਪਿੰਡ ਪੈਂਦਾ ਅਤਾਲਾ ਤੇ ਉੱਥੋਂ ਦੇ ਰਹਿਣ ਵਾਲੇ ਆ ਤੇ ਗ੍ਰਿਫਤਾਰੀ ਤੋਂ ਪਹਿਲਾਂ 9 ਸਾਲ ਇਹ ਪੰਜਾ ਭਗੌੜਾ ਵੀ ਰਿਹਾ 28 ਸਾਲਾਂ ਬਾਅਦ ਹੁਣ ਇਹ ਘਰ ਪਰਤਿਆ 20 ਦੇ ਕਰੀਬ ਕੈਸ਼ ਕੇਸ ਹੈ ਜੋ ਸੀਗੇ ਜਿਹੜੇ ਦਰਜਨ ਕੇਸ ਸੀਗੇ ਜਿਹੜੇ ਸਿਰਫ ਕਤਲਾਂ ਨਾਲ ਸੰਬੰਧਿਤ ਸੀਗੇ ਤੇ ਹਰਿਆਣਾ ਦੇ ਨਾਲ ਇੱਕ ਕੇਸ ਬੰਦ ਸੀਗਾ ਫਿਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਬਰੀ ਵੀ ਕੀਤਾ ਸੀਗਾ ਇੱਕ ਕੇਸ 1992 ਦੇ ਵਿੱਚ ਦਰਜ ਹੋਇਆ ਸੀਗਾ ਤੇ ਉਮਰ ਕੈਦ ਸਜ਼ਾ ਦੇ ਤਹਿਤ ਹੁਣ 1999 ਤੋਂ ਇਹ ਜੇਲ੍ਹ ਦੇ ਵਿੱਚ ਸੀਗੇ ਘਰ ਪਰਤਣ ਤੋਂ ਬਾਅਦ ਉਹ ਦੱਸਦੇ ਆ ਕਿ ਪੁਲਿਸ ਨੇ ਉਹਨਾਂ ਤੇ ਝੂਠੇ ਕੇਸ ਦਰਜ ਕੀਤੇ ਗ੍ਰਿਫਤਾਰੀ ਦੇ ਡਰੋਂ ਇਹ ਸਾਲ 1990 ਦੇ ਵਿੱਚ ਭੱਜ ਗਏ ਸੀਗੇ ਘਰ ਛੱਡਤਾ ਸੀਗਾ ਪਰ 1999 ਦੇ ਵਿੱਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਕਾਫੀ ਲੰਬੀਆਂ ਇਹਨਾਂ ਦੇ ਨਾਲ ਹੋਰ ਘਟਨਾਵਾਂ ਵੀ ਜੁੜੀਆਂ ਹੋਈਆਂ ਤੇ 56 ਸਾਲਾਂ ਬਾਅਦ 56 ਸਾਲਾਂ ਦੇ ਵਿੱਚੋਂ ਅੱਧੀ ਉਮਰ ਜਿਹੜੀ ਆ ਉਹਨਾਂ ਨੇ ਜੇਲ੍ਹ ਦੇ ਵਿੱਚ ਕਰਿਆ ਖੈਰ ਮੈਂ ਇਹ ਗੱਲ ਸਮਝਦਾ ਕਿ ਭਾਵੇਂ ਕਿਸੇ ਵੀ ਬੰਦੇ ਨੇ ਕਿੱਡਾ ਵੀ ਵੱਡਾ ਗੁਨਾਹ ਕੀਤਾ ਤੇ ਭਾਵੇਂ ਉਹ ਕਿਸੇ ਵੀ ਘਟਨਾਵਾਂ ਦੇ ਵਿੱਚ ਸ਼ਾਮਿਲ ਹੈ ਪਰ ਜੇਕਰ ਉਹਨੂੰ ਜਿਹੜੀ ਸਜ਼ਾ ਹੋਈ ਹੈ ਜੇਕਰ ਉਹ ਮੁਕੰਮਲ ਕਰਨ ਤਮਰੋਂ ਮਗਰੋਂ ਸਮਾਜ ਦੇ ਇੱਕ ਹਿੱਸੇ ਦੇ ਵਿੱਚ ਸਮਾਜ ਦੇ ਜਿਹੜੇ ਆਪਾਂ ਕਹਿੰਦੇ ਮੁੱਖ ਧਾਰਾ ਦੇ ਵਿੱਚ ਵਾਪਸੀ ਕਰਦਾ ਕਰਨੀ ਚਾਹੁੰਦਾ ਤਾਂ ਸਰਕਾਰਾਂ ਨੂੰ ਇਹਦੇ 'ਚ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਸਾਡੇ ਜੇਲ੍ਹਾਂ ਦੇ ਵਿੱਚ ਇਹ ਨਹੀਂ ਲਿਖਿਆ ਹੁੰਦਾ ਕਿ ਪ੍ਰਿਜ਼ਨਰ ਜਾਂ ਜੇਲ੍ਹ ਜਾਂ ਜੋ ਵੀ ਉੱਥੇ ਲਿਖਿਆ ਹੁੰਦਾ ਸੁਧਾਰ ਕਰ ਤਾਂ ਮਤਲਬ ਇਹ ਹੈ ਕਿ ਬੰਦਾ ਸਮਾਜ ਦੇ ਵਿੱਚ ਕੱਟਿਆ ਜਾਵੇ ਉਹ ਆਤਮ ਮੰਥਨ ਕਰੇ ਫਿਰ ਸਮਾਜ ਦੇ ਵਿੱਚ ਵਾਪਸੀ ਕਰੇ ਮੁੱਖ ਧਾਰਾ ਦੇ ਵਿੱਚ ਵਾਪਸੀ ਕਰੇ ਚਲੋ ਖੈਰ ਮੈਂ ਤਾਂ ਕਹਿਣਾ ਜਿਹੜੇ ਹੋਰ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਉਹਨਾਂ ਦੀ ਰਿਹਾਈ ਵੀ ਹੋਣੀ ਜੀ ਜੀ ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੇ ਇਸੇ ਦੇ ਨਾਲ ਸਾਡਾ ਅੱਜ ਦਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ